फिर ना रहत है चारे कुंडा पाले। मरण लिखाए मंडल मह आए, जीवन साज है माई। एक चले हम देख है स्वामी, आहे बलंती आई। ना किसी का मीत ना किसी का भाई, ना किसे बाप ना माई। प्रणवत नानक जे तू देव है, अंते हुए सखाई। ना किसी का मीत ना किसी का भाई, ना किसे बाप ना माई। प्रणवत नानक जे तू देव है, अंते हुए सखाई। वाहिगुरु जी का खालसा, वाहिगुरु जी की फतेह। भगत वत्सल करुणा निदान दीना बंधु, पतित पावन जगत गुरु निरंजनी ज्योत धन धन साहिब श्री गुरु नानक देव जी महाराज, धन धन साहिब श्री गुरु गोबिंद सिंह साहब जी महाराज, धन धन साहिब श्री गुरु ग्रंथ साहब महाराज जी के महान बख्शिश और कृपालता का सदका आप सारे माई भाई बड़े प्यार आदर सत्कार नाल गुरु महाराज जी के पावन पवित्र सचखंड दरबार गुरुद्वारा श्री बेर साहब जी विखे हाजरी भर रहे हो। चल रही स्थान की मर्यादा के अनुसार अमृत वेले सतगुरु जी के सोहने प्रकाश हुए हैं। पांच बाणियों का नितनेम श्री आसा जी की वार्ता कीर्तन हरजस और अमृत रूप के पावन गुरबाणी की लड़ीवार कथा जो गुण राग संपूर्ण हो चुका है। रामकली राग की आरंभता हो रही है। 876 अंग से राग प्रारंभ होया है। पहले पातशाह जी के मुखारविंद द्वारा इस राग की बाणी प्रारंभ कर रहे हैं। सतगुरु सच्चे पातशाह जी ने महान बख्शन कीतिया हैं। कलयुगी जीवन की कल्याण वास्ते अमृत रूप पावन गुरबाणी की दात बख्शी है। पहले समय में भी महापुरख गुरु अवतार आते रहे, उस समय की लोड़ के अनुसार धर्म शास्त्रां की रचना हुई और जिहो जि
ਭਲਾ ਹੋ ਸਕਦਾ ਸੀ। ਉਮਰਾਂ ਦਾ ਹਿਸਾਬ ਕਿਤਾਬ ਸੀ, ਉਸੇ ਨਿਯਮ ਵਿੱਚ ਉਸ ਵੇਲੇ ਦੇ ਮਹਾਂਪੁਰਖਾਂ ਨੇ ਉਹਨਾਂ ਨੂੰ ਉਪਦੇਸ਼ ਬਖਸ਼ੇ। ਸਤਿਯੁਗ ਦੀ ਉਮਰ 400 ਸਾਲ, 300 ਦੁਆਪੁਰ 200, ਕਲਯੁਗ ਦੀ 100 ਉਮਰ ਘੱਟ ਹੈ। ਬੁੱਧੀਆਂ ਦਾ ਵੀ ਪ੍ਰਭਾਵ ਇਸ ਤਰ੍ਹਾਂ ਜੀਵਿਕਾ ਵਾਸਤੇ ਵੀ ਬੜਾ ਮਿਹਨਤ ਵਾਲਾ ਕੰਮ ਕਰਨਾ ਪੈਂਦਾ ਹੈ, ਔਰ ਚੰਚਲਤਾ ਸੰਗਤ ਵਿਕਾਰਾਂ ਦਾ, ਨਸ਼ੇ ਵਿਸ਼ਿਆਂ ਦਾ ਪ੍ਰਭਾਵ ਬੜਾ ਵਧਿਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਦਿਆਲੂ ਸੁਭਾਅ ਹੈ, ਜੀਵਾਂ ਦੀ ਗਤੀ ਕਲਿਆਣ ਵਾਸਤੇ ਇਹ ਸੇਵਾ ਸਿਮਰਨ ਸਤਸੰਗ ਦਾ ਮਾਰਗ ਗੁਰੂ ਮਹਾਰਾਜ ਨੇ ਗੁਰੂ ਘਰ ਵਿੱਚ ਰੱਖਿਆ ਹੈ। ਬਾਣੀ ਦਾ ਜੋ ਵਿਚਾਰ, ਇਤਿਹਾਸਕ ਵਿਚਾਰ ਸ਼ਰਮਨ ਕਰਨ ਦੇ ਨਾਲ ਆਪਣੇ ਔਗਣਾਂ ਬਾਰੇ, ਗੁਣਾਂ ਬਾਰੇ ਕਿਸ ਪ੍ਰਕਾਰ ਜੀਵਨ ਨੂੰ ਸਫਲ ਬਣਾਉਣ ਵਾਸਤੇ ਵਿਚਰਨਾ ਹੈ, ਗੁਰੂ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਸ ਤਰ੍ਹਾਂ ਦਾ ਜਗਿਆਸੂ ਸਮੇਂ ਸਮੇਂ ਨਾਲ ਮਿਲਦਾ ਰਿਹਾ, ਜੈਸੇ ਜੈਸੇ ਉਹਦੇ ਪ੍ਰਸ਼ਨ ਸੀ, ਉਸੇ ਤਰ੍ਹਾਂ ਦੇ ਮਹਾਰਾਜ ਨੂੰ ਪੁੱਤਰਾਂ ਦੁਆਰਾ ਸ਼ੰਕਿਆਂ ਦੀ ਨਿਵਰਤੀ ਕਰਦੇ ਰਹੇ। ਕਿਉਂਕਿ ਗੁਰੂ ਦਾ ਕੰਮ ਗਿਆਨ ਦੇਣਾ, ਗਿਆਨਤਾ ਦਾ ਹਨੇਰਾ ਦੂਰ ਕਰਨਾ, ਉਹਦੀ ਇਹ ਸੇਵਾ ਹੈ। ਮਹਾਰਾਜ ਨੇ 10 ਜਾਮੇ ਉਤਾਰ ਕੇ ਕਿਰਪਾ ਕੀਤੀ ਔਰ ਆਪਣੇ ਸਮੇਂ ਵਿੱਚ ਬਹੁਤ ਗੁਰਸਿੱਖਾਂ ਨੂੰ ਸੰਪੂਰਨਤਾ ਵਾਲਾ ਗਿਆਨ ਦੇ ਕੇ ਦੇਸਾਂ ਤੋਂ ਦੇਸਾਂ ਵਿੱਚ ਗੁਰਮਤਿ ਦਾ ਵਿਚਾਰ ਦੇਣ ਵਾਸਤੇ ਭੇਜਿਆ। ਮੰਜੀਆਂ ਪੀੜੇ ਥਾਪੇ, ਕਿਉਂਕਿ ਆਪਣੇ ਗਿਆਨ ਨੂੰ ਆਪਣੇ ਤੱਕ ਸੀਮਤ ਨਹੀਂ ਰੱਖਿਆ, ਗੁਰਸਿੱਖਾਂ ਵਿੱਚ ਸੰਗਤ ਵਿੱਚ ਵੰਡਣ ਦਾ ਪੂਰਾ ਉਪਰਾਲਾ ਕੀਤਾ ਔਰ ਇਸ ਵਿਚਾਰ ਨੂੰ ਬ੍ਰਹਮ ਵਿਦਿਆ ਨੂੰ ਸਦਾ ਕਾਇਮ ਰੱਖਣ ਵਾਸਤੇ ਮਹਾਰਾਜ ਨੇ ਸੰਪਰਦਾਵਾਂ ਔਰ ਵਿਦਿਆ ਦੀਆਂ ਟਕਸਾਲਾਂ ਜਿਹੜੀਆਂ ਸੀਆਂ ਉਹ ਚਲਾਈਆਂ, ਔਰ ਪਰੰਪਰਾਗਤ ਉਹ ਜਿਹੜੀਆਂ ਟਕਸਾਲਾਂ ਸੰਪਰਦਾਵਾਂ ਅੱਜ ਵੀ ਚੱਲ ਰਹੀਆਂ, ਉਹਨਾਂ ਦੇ ਕੇਂਦਰ ਜਗ੍ਹਾ ਜਗ੍ਹਾ ਬਣਦੇ ਰਹੇ। ਜਿੱਥੇ ਵੀ ਕੋਈ ਸਾਲ ਦਾ ਮਹਾਂਪੁਰਖ ਗਿਆ ਉਸਨੇ ਉੱਥੇ ਜਾ ਕੇ ਇਸ ਵਿਦਿਆ ਦਾ ਅਧਿਐਨ ਕਰਾਉਣਾ ਔਰ ਪ੍ਰਚਾਰ ਕਰਨਾ ਜਾਰੀ ਰੱਖਿਆ। ਜਿੰਨੀ ਜਿੰਨੀ ਮਹਾਰਾਜ ਨੇ ਉਹਨਾਂ ਗੁਰਸਿੱਖਾਂ ਨੂੰ
ਗੁਰੂ ਸਾਨੂੰ ਸਮਰੱਥਾ ਦਿੱਤੀ ਉਹਦੇ ਮੁਤਾਬਕ ਉਹ ਸੇਵਾ ਕਰਦੇ ਕਰਾਉਂਦੇ ਆ ਰਹੇ ਹਨ। ਬੇਅੰਤ ਕੇਂਦਰ ਹਨ ਪਾਕਿਸਤਾਨ ਬਣਨ ਤੋਂ ਪਹਿਲਾਂ ਉਹਨਾਂ ਦੇ ਸਾਰੇ ਵਿਸ਼ੇ ਔਰ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਵੀ ਉਹਨਾਂ ਮਹਾਂਪੁਰਖਾਂ ਨੇ ਵੱਖ ਵੱਖ ਜਗ੍ਹਾ ਜਾ ਕੇ ਧਰਮ ਸਥਾਨ ਕਾਇਮ ਕੀਤੇ, ਵਿਦਿਆ ਔਰ ਗੁਰਬਾਣੀ ਦੇ ਵਿਚਾਰ ਦਾ ਪ੍ਰਸਾਰ ਕਰਨ ਵਾਸਤੇ ਬੜੀ ਕਿਰਪਾ ਕਰਦੇ ਰਹੇ। ਅੱਜ ਵੀ ਉਹ ਪਰੰਪਰਾ ਉਸੇ ਤਰ੍ਹਾਂ ਹੀ ਚੱਲ ਚਲਾ ਰਹੀਆਂ ਹਨ। ਉਹ ਬਾਣੀ ਦਾ ਜੋ ਪ੍ਰਵਾਹ ਹੈ ਪਹਿਲੇ ਸਮੇਂ ਵਿੱਚ ਜਿਵੇਂ ਅਸਮਾਂ ਦੀ ਬੁੱਧੀ ਬੜੀ ਸ਼ੁੱਧ ਪਵਿੱਤਰ ਸੀ, ਸੁਣ ਮਾਤਰ ਨਾਲ ਉਹਨਾਂ ਵਿਦਿਆਰਥੀਆਂ ਨੂੰ ਵਿਚਾਰ ਪ੍ਰਾਪਤ ਹੁੰਦੇ ਸੀ। ਫਿਰ ਲਿਖਣ ਦਾ ਚੱਲ ਪਿਆ ਕਿ ਮਹਾਂਪੁਰਖਾਂ ਨੇ ਦਇਆ ਕਰਦਿਆਂ ਹੋਇਆਂ ਬਾਣੀ ਦੇ ਜਿਹੜੇ ਅਰਥ ਸੀ ਉਹਨਾਂ ਨੂੰ ਸਾਂਭਣ ਵਾਸਤੇ ਗੁਰਬਾਣੀ ਦੇ ਜੋ ਟੀਕੇ ਸੀ ਉਹ ਵੀ ਕੀਤੇ। ਫਰੀਦਕੋਟ ਵਾਲਾ ਗਿਆਨੀ ਬਦਨ ਸਿੰਘ ਜੀ ਪਤਾ ਹੋਰ ਮਹਾਂਪੁਰਖਾਂ ਨੇ ਸੇਵਮਾਨ ਦਾ ਜੋ ਡੇਰਾ ਸੀ ਮਹਾਰਾਜਾ ਫਰੀਦਕੋਟ ਦੇ ਉਦਮ ਦੁਆਰਾ ਇਹ ਕਾਰਜ ਸਿਰੇ ਚੜਿਆ। ਇਸੇ ਤਰ੍ਹਾਂ ਫਿਰ ਸੰਤਨ ਬਾਬਾ ਅਮੀਰ ਸਿੰਘ ਜੀ ਮਹਾਰਾਜ, ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਦੀ ਸੰਪਰਦਾ, ਸ੍ਰੀਮਾਨ ਸੰਤ ਗਿਆਨੀ ਗੁਰਪਾਲ ਸਿੰਘ ਜੀ ਉਹਨਾਂ ਨੇ ਸੰਪਰਦਾ ਜਿਹੜਾ ਟੀਕਾ ਸੀ ਇਹ ਸੰਪੂਰਨ ਕੀਤਾ। ਵਿਆਕਰਨ ਦੇ ਹਿਸਾਬ ਨਾਲ ਗਿਆਨੀ ਸਾਧੂ ਸਿੰਘ ਜੀ ਨੇ, ਇਸੇ ਤਰ੍ਹਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਕਿਰਪਾ ਟੇਪਾਂ ਸੀਡੀਨਲਸ ਰਿਕਾਰਡ ਹੋਈ। ਸਮੇਂ ਸਮੇਂ ਦੇ ਨਾਲ ਉਹ ਮਹਾਂਪੁਰਖਾਂ ਦੇ ਜਿਹੜੇ ਬਚਨ ਆ ਉਹ ਅੱਜ ਵੀ ਲੇਖੂ ਜਾਂ ਸੀਡੀਆਂ ਦੇ ਰੂਪ ਵਿੱਚ ਮਿਲਦੇ ਆ। ਭਾਵ ਜਿਹੜਾ ਉਹ ਸੰਪਰਦਾਇ ਅਰਥ ਸੀ ਉਹਨਾਂ ਨੂੰ ਉਹਨਾਂ ਨੇ ਸੰਭਾਲਿਆ। ਜਿਹੜੇ ਟਕਸਾਲੀ ਵਿਦਿਆਰਥੀ ਹਨ ਉਹਨਾਂ ਨੂੰ ਉਹਨਾਂ ਤੋਂ ਬੜੀ ਮਦਦ ਮਿਲਦੀ ਹੈ। ਜਿੱਥੇ ਸਿਆਣੇ ਮਹਾਂਪੁਰਖ ਆ ਉਹਦਾ ਸਿੱਧਾ ਆਪ ਹੀ ਕਿਰਪਾ ਕਰਕੇ ਅਰਥ ਬੋਧ ਕਰਾਉਂਦੇ ਆ, ਅਤੇ ਜਿਨ੍ਹਾਂ ਨੇ ਅਰਥ ਬੋਧ ਪੜ੍ਹਿਆ ਟੀਕੇ ਵਗੈਰਾ ਜਾਂ ਅਰਥ ਕੋਸ਼ ਉਹਨਾਂ ਨੂੰ ਲਾਭ ਦੇ ਸਕਦੇ ਆ, ਅਤੇ ਜਿਨ੍ਹਾਂ ਨੇ ਪਾਠ ਦੀ ਵੀ ਸੰਥਿਆ ਨਹੀਂ ਕੀਤੀ ਉਹਦਾ ਦਾਵੇ ਸਿੱਧੇ ਤੌਰ 'ਤੇ ਅਰਥ ਸਮਝਣਾ ਬੜਾ ਕਠਿਨ ਹੁੰਦਾ ਹੈ। ਸੋ ਇਸ ਵਾਸਤੇ ਅੱਜ ਵੀ ਉਹ ਟਕਸਾਲਾਂ ਸੰਪਰਦਾਵਾਂ ਵੱਖ ਵੱਖ ਸਥਾਨਾਂ 'ਤੇ ਕਾਇਮ ਆ। ਇਹ ਕਿਰਪਾ ਮਹਾਰਾਜ ਦਸਮ ਪਾਤਸ਼ਾਹ ਆਪ ਕਰਕੇ ਗਏ ਆ। ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਸਾਹਿਬ, ਭਾਈ ਦਇਆਲ ਸਿੰਘ, ਬਾਬਾ ਗੁਰਬਖਸ਼ ਸਿੰਘ ਆਦਿ ਇਹ ਸਮੇਂ ਨਾਲ ਉਹਨਾਂ ਟਕਸਾਲਾਂ ਦੇ ਜਿਹੜੇ ਮਹਾਂਪੁਰਖ ਆ ਜਿੱਥੇ ਜਿੱਥੇ ਪਰਮਾਤਮਾ ਨੇ ਉਹਨਾਂ ਦੀ ਸੇਵਾ ਲਾਈ ਹੈ ਉਹ ਵੱਖ ਵੱਖ ਜਗ੍ਹਾ ਦੇ ਉੱਤੇ ਆਪਣੀ ਸੇਵਾ ਨਿਭਾਉਂਦੇ ਆ ਰਹੇ। ਸਵਾਓ ਪਿਆਰ ਦੇ ਨਾਲ ਉਮਰ ਫੂਕੀ ਪਾਵਨ ਗੁਰਬਾਣੀ ਦੇ ਵਿਚਾਰ
ਪੰਥ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਾਵਨ ਰਸਨਾ ਪ੍ਰਚਾਰਨ ਹੋਈ ਪਾਉਣੀ ਦੇ ਵਿਚਾਰ ਸਰਵਣ ਕਰੀਏ ਮਨ ਵਿਰਤੀ ਦੀ ਇਕਾਗਰਤਾ ਦੇ ਰਸਨਾ ਦੀ ਪਵਿੱਤਰਤਾ ਵਾਸਤੇ ਗਾਈ ਵਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤ ਜੀ ਰੱਬ ਕਲੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਰਾਮ ਕਲੀ ਰਾਗ ਹੈ ਪਹਿਲੇ ਸਤਿਗੁਰੂ ਜੀ ਔਰ ਪਹਿਲੇ ਘਰ ਪਹਿਲੇ ਤਾਲ ਵਿੱਚ ਚਾਰ ਪਦਾਂ ਦਾ ਸ਼ਬਦ ਹੈ ਚਾਰ ਪੰਜ ਹੈ ਕਿਰਪਾ ਕਰਦੇ ਹਨ ਓਅੰਕਾਰ ਸਤਨਾਮ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਇੱਕ ਪਦਵੈਤ ਸਰੂਪ ਹਨ ਓਅੰਕਾਰ ਪ੍ਰਕਾਸ਼ ਰੂਪ ਹਨ ਸਤਨਾਮ ਉਹਨਾਂ ਦਾ ਨਾਮ ਤਿੰਨ ਕਾਰ ਸਤ ਔਰ ਪ੍ਰਸਿੱਧ ਹੈ ਸਾਰੇ ਸੰਸਾਰ ਦੀ ਰਚਨਾ ਕਰਨ ਵਾਲੇ ਕਰਤੇ ਪਾਪਾਂ ਤੋਂ ਰੱਖਿਆ ਕਰਨ ਵਾਲੇ ਔਰ ਕੁੜੀਆਂ ਦਾ ਬੈਨਾਸ ਕਰਨ ਵਾਲੇ ਵੀ ਆਖਰੀ ਹੈ ਕਿ ਉਸ ਅਕਾਲ ਪੁਰਖ ਦਾ ਸਰੂਪ ਜਾਂ ਅਸਤੀ ਲੱਛਣ ਜਿਹੜਾ ਉਹ ਵਰਣਨ ਕਰਦੇ ਹਨ ਨਿਰਭਉ ਨਿਰਵੈਗ ਨਿਰੰਕਾਰ ਹੈ ਤੁਰੈ ਵੈਗ ਤੁਰੈ ਹੈ ਅਕਾਲ ਮੂਰਤ ਅਜੂਨੀ ਸਹਿ ਭਾਵੀ ਉਹਦਾ ਜਿਹੜਾ ਸਰੂਪ ਆ ਉਹ ਅਕਾਲ ਤੋਂ ਰਹਿ ਗਿਆ ਅਜੂਨੀ ਦੁਨੀਆਂ ਵਿੱਚ ਨਹੀਂ ਹੁੰਦੇ ਔਰ ਸੁਤੇ ਸਦਾ ਆਪਣੇ ਆਪ ਹੀ ਪ੍ਰਕਾਸ਼ ਸਰੂਪ ਹਨ ਅੱਠ ਜੋਤੀਆਂ ਹਨ ਉਹ ਦੂਸਰੇ ਤੋਂ ਪ੍ਰਕਾਸ਼ ਲੈ ਕੇ ਪ੍ਰਕਾਸ਼ ਕਰ ਰਹੀਆਂ ਔਰ ਉਹ ਮਹਾਰਾਜ ਨਿਰੰਕਾਰ ਸਭ ਦਾ ਪ੍ਰਕਾਸ਼ਕ ਹੈ ਗੁਰਪ੍ਰਸਾਦ ਇਹ ਲੱਛਣ ਉਹਦੇ ਦੱਸੇ ਹੈ ਨੌਂ ਵਿਸ਼ੇਸ਼ਣ ਔਰ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ ਕੋਈ ਪੜ੍ਹਦਾ ਸਹਿਸਾ ਕਿਰਤਾ ਕੋਈ ਪੜ੍ਹੈ ਪੁਰਾਣਾ ਸਾਡਾ ਜੋ ਪੁਰਾਣਾ ਸਨਾਤਨੀ ਮਤ ਹੈ ਉਹਦੇ ਜਿੰਨੇ ਗ੍ਰੰਥ ਹੈ ਉਹ ਸੰਸਕ੍ਰਿਤ ਵਿੱਚ ਹੈ ਚਾਰੇ ਵੇਦ ਲੈ ਲਓ ਛੇ ਸ਼ਾਸਤਰ 18 ਪੁਰਾਣ ਸਤਾਈ ਸੁਮਤੀਆਂ ਉਪ ਵੇਦ ਵਗੈਰਾ ਆਯੁਰਵੇਦ ਦਵਾਈਆਂ ਬੂਟੀਆਂ ਦਾ ਜੋ ਹੈ ਆਪ ਪ੍ਰਕਾਸ਼ ਹੈ ਨਿਕੰਠੂ ਸੁਸ਼ਰਤ ਬਾਗ ਭੱਟ ਚਰਖ ਆਦਿਕ ਉਹ ਜਿਤਨੇ ਵੀ ਗ੍ਰੰਥ ਉਹ ਸਾਰੇ ਜੋਤਿਸ਼ ਦੇ 52 ਗ੍ਰੰਥ ਸਮੁੰਦਰੀ ਸ਼ਾਸਤਰ ਆਦਿ ਇਸ ਸੰਸਕ੍ਰਿਤ ਵਿੱਚ ਬੋਧੀਆਂ ਦੇ ਜਿਹੜੇ ਉਹ ਪਾਲੀ ਬੋਲੀ ਉਹ ਥੋੜ੍ਹਾ ਜਿਹਨੂੰ ਨਰਮ ਸੀ ਸੌਖੀ ਸੀ ਬੁੱਧ ਨੇ ਵੀ ਉਹ ਪਾਲੀ ਬੋਲੀ ਦੇ ਵਿੱਚ ਜਿਹੜਾ ਉਹਨਾਂ ਦਾ ਕੋਈ ਵਿਚਾਰ ਸੀ ਦੇਣ ਦੀ ਕੋਸ਼ਿਸ਼ ਉਸ ਸਮੇਂ ਵਿੱਚ ਕੀਤੀ ਕਰਾਈ ਔਰ ਇਸੇ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਵੀ ਕੋਈ ਤਾਂ ਗਿਆਨ ਧਿਆਨ ਪ੍ਰਾਪਤ ਕਰਨ ਵਾਸਤੇ ਕੋਈ ਪੜ੍ਹਤਾ ਸਹਿਸਾ ਕਰਤਾ ਕੋਈ ਸੰਸਕ੍ਰਿਤ ਪੜ੍ਹ ਕੇ ਨੌਂ ਪ੍ਰਕਾਰ ਦੀ ਵਿਆਕਰਨ ਸ਼ਿਵ ਜੀ ਨੂੰ ਡੌਰ ਵਜਾਇਆ ਸੀ 14 ਸੂਤਰ ਬੋਲੇ ਸੀ ਉਹਨਾਂ ਤੋਂ ਫਿਰ ਨੌਂ ਵਿਆਕਰਨ ਵਗੈਰਾ ਬਣਾਈਆਂ ਗਈਆਂ ਵਿਆਕਰਨ ਤੋਂ ਬਿਨਾਂ ਉਹਨਾਂ ਦਾ ਪੜ੍ਹਨਾ ਔਖਾ ਬੜਾ
ਕਹਿੰਦੇ ਦਿਓ ਵਿਆਕਰਨ ਦਾ ਦੁੱਧ ਲੈ ਕੇ ਸਹਿਸਾ ਕਿਰਤਾ ਸੰਸਕ੍ਰਿਤ ਦੇ ਜਿਹੜੇ ਗ੍ਰੰਥ ਰਿਗਵੇਦ ਯਜੁਰ ਸ਼ਾਮ ਅਤੇ ਅਥਰਵ ਵਗੈਰਾ ਔਰ ਇਸ ਤਰ੍ਹਾਂ ਸਾਮ ਵਿਸ਼ੇਸ਼ਕ ਔਰ ਇਸ ਤਰ੍ਹਾਂ ਉੱਤਰ ਮੀਮਾਂਸਾ ਪੂਰਵ ਮੀਮਾਂਸਾ ਯੋਗ ਅਤੇ ਵਿਦਾਂਤ ਵਗੈਰਾ ਵਿਸ਼ੇਸ਼ਕ ਦੇ ਜਿੰਨੇ ਸ਼ਾਸਤਰ ਵਗੈਰਾ ਇਹਨਾਂ ਨੂੰ ਉਹ ਪੜ੍ਹਦੇ ਪੜ੍ਹਾਉਂਦੇ ਆ ਮਨੁੱਖ ਸਮੁੱਚੇ ਯਾਦਵਾਰ ਸਮੁੱਚੇ ਆਦਿਕ ਹੈਗੀਆਂ ਇਸੇ ਤਰ੍ਹਾਂ ਪੁਰਾਣ ਭਾਗਵਤ ਪੁਰਾਣ ਵਿਸ਼ਨੂੰ ਪੁਰਾਣ ਸਕੰਦ ਪੁਰਾਣ ਵਗੈਰਾ ਕਹਿੰਦੇ ਕੋਈ ਸੰਸਕ੍ਰਿਤ ਪੜ੍ਹ ਕੇ ਇਹਨਾਂ ਵੇਦਾਂ ਨੂੰ ਪੜ੍ਹਦਾ ਹੈ ਕੋਈ ਪੁਰਾਣਾ ਜਿਹੜੇ ਪੁਰਾਣ ਹਨ ਇਤਿਹਾਸ ਸਿਮਰਤੀਆਂ ਜਿਹਦੇ 'ਚ ਕੋਈ ਰਾਜਨੀਤੀ ਬਾਰੇ ਵੀ ਵਿਚਾਰਾਂ ਹੈਗੀਆਂ ਹੋਰ ਵੀ ਕਈ ਤਰ੍ਹਾਂ ਦੇ ਨਿਯਮ ਵਗੈਰਾ ਆਪੇ ਹੈ ਸ਼ਾਸਤਰਾਂ ਦੀ ਜਿਹੜੇ ਦੇ ਪੱਖ ਦਾ ਵਿਚਾਰ ਆ ਜਿਵੇਂ ਛੇ ਬੰਦੇ ਆ ਕੋਈ ਬਾਲਣ ਲਾਇਆ ਕੋਈ ਅੰਨ ਲਾਇਆ ਸੀਧਾ ਕਿਸੇ ਨੇ ਅੱਗ ਬਾਲ ਸੀ ਕਿਸੇ ਨੇ ਆਟਾ ਗੁੰਨਤਾ ਕਿਸੇ ਨੇ ਰੋਟੀਆਂ ਪਕਾ ਲਈਆਂ ਕਿਸੇ ਨੇ ਪਰੋਸ ਲਈਆਂ ਛੱਕ ਸੁਕਾ ਲਈਆਂ ਖੁਸ਼ੀਆਂ ਨੇ ਕੰਮ ਤਾਂ ਰੋਟੀ ਦਾ ਕੀਤਾ ਇਸ ਤਰ੍ਹਾਂ ਜਿਹੜੇ ਛੇ ਸ਼ਾਸਤਰ ਆ ਉਹ ਫਿਰ ਰਲ ਕੇ ਕੰਮ ਤਾਂ ਇੱਕੋ ਹੀ ਕਰਦੇ ਆ ਵੱਖ ਵੱਖ ਵਿਚਾਰਧਾਰਾ ਫਿਰ ਉਹਦੇ ਦੁਆਰਾ ਇੱਕ ਸਿਧਾਂਤ ਵੇਦਾਂਤ ਵਗੈਰਾ 'ਤੇ ਪਹੁੰਚਦੇ ਸੋ ਇਸ ਵਾਸਤੇ ਮਹਾਰਾਜ ਕਹਿੰਦੇ ਭਾਈ ਕੋਈ ਸੰਸਕ੍ਰਿਤ ਵਗੈਰਾ ਪੜ੍ਹਦਾ ਹੈ ਕੋਈ ਸੰਸਕ੍ਰਿਤ ਦੇ ਲਿਖੇ ਗ੍ਰੰਥ ਪਾਰਾਂ ਪੁਰਾਣ ਵਗੈਰਾ ਉਹਨਾਂ ਨੂੰ ਪੜ੍ਹਦਾ ਬਚਦਾ ਹੈ ਕੋਈ ਨਾਮ ਜਪੈ ਜਪ ਮਾਲੀ ਕਈ ਨਾਮ ਜਪਦੇ ਆ ਸਨਾਤਨੀ ਉਹ 108 ਮਣਕਿਆਂ ਦੀ ਮਾਲਾ ਹੈਗੀ ਹੈ ਮੁਸਲਮਾਨ ਉਹ 100 ਮਣਕਿਆਂ ਦੀ ਹੈ ਈਸਾਈ ਵੀ ਇਸ ਤਰ੍ਹਾਂ ਹੈ ਆਪੋ ਆਪਣੇ ਹਿਸਾਬ ਨਾਲ ਕੋਈ ਜਪ ਮਾਲੀ ਮਾਲਾ ਦੁਆਰਾ ਨਾਮ ਜਪਦਾ ਹੈ ਕਿ ਜਿਹੜਾ ਕੋਈ ਵਿਹਾਰ ਕਰਦਾ ਉਹਦੇ ਜੁਦੇ ਜੁਦੇ ਔਜ਼ਾਰ ਹੈਗੇ ਆ ਖੇਤੀ ਕਰਦਾ ਖੇਤੀ ਦੇ ਸੰਦ ਸਦੇੜੇ ਬਿਜਲੀ ਵਾਲਿਆਂ ਦੇ ਆਪਣੇ ਰਾਜ ਮਿਸਤਰੀ ਲੱਕੜ ਵਾਲੇ ਉਹਨਾਂ ਦੇ ਆਪਣੇ ਔਜ਼ਾਰ ਹੈਗੇ ਰਾਗੀ ਆ ਉਹਨਾਂ ਦੇ ਸਾਜ ਜੁਦੇ ਜੁਦੇ ਹੈਗੇ ਇਸੇ ਤਰ੍ਹਾਂ ਜਿਹੜੇ ਨਾਮ ਜਪਣ ਵਾਲੇ ਆ ਉਹਨਾਂ ਦੇ ਵੀ ਜੁਦੇ ਜੁਦੇ ਉਹ ਸਾਧਨ ਬਣੇ ਆ ਉਹਦੇ ਨਾਲ ਥੋੜ੍ਹਾ ਨਿਯਮ ਵੀ ਬਣ ਜਾਂਦਾ ਪਰ ਜਿੰਨੀਆਂ ਮਾਲਾ ਫੇਰਨੀਆਂ ਖੁੱਲ੍ਹਾ ਹੋਇਆ ਨਹੀਂ ਦਾਲ ਸਾਜਨ ਦੀ ਹੁੰਦਾ ਹੀ ਹੋਰ ਵੀ ਹੁੰਦਾ ਕੋਈ ਇੰਨਾ ਕਰਨਾ ਸੀ ਥੋੜ੍ਹਾ ਸਾਹਿਬ ਕਿਤਾਬ ਬਣਿਆ ਰਹਿੰਦਾ ਇਸ ਵਾਸਤੇ ਕੋਈ ਕਹਿੰਦੇ ਨਾਮ ਜਪੈ ਜਪਦਾ ਹੈ ਜਪ ਮਾਲੀ ਮਾਲਾ ਦੁਆਰਾ ਮਾਲਾ ਫਿਰ ਦੇ ਕੇ ਅੱਜ ਰੋਜ਼ ਅਸੀਂ ਇੰਨੀਆਂ ਮਾਲਾ ਕਰਨੀਆਂ ਇੱਕ ਨਿਯਮ ਬਣਾਇਆ ਹੁੰਦਾ ਫਿਰ ਉਹ ਥੋੜ੍ਹਾ ਆਲਸ ਜੇ ਵੀ ਘੱਟ ਜਾਂਦੀ ਹੈ ਔਰ ਗਿਣਤੀ ਵੀ ਹੋ ਜਾਂਦੀ ਹੈ ਅੱਜ ਕੱਲ੍ਹ ਤਾਂ ਹੋਰ ਵੀ ਉਹ ਸਾਧਨ ਹੈ ਬਣਾ ਕੇ ਉਹ ਟਿਕ ਟਿਕ ਕਰਕੇ ਗਾਂ ਕਰੀ ਜਾਂਦੇ ਆ ਕਈ ਹੱਥਾਂ ਨਹੀਂ ਉਹ ਗੱਠਾਂ 'ਤੇ ਵੀ ਗਿਣਦੇ ਗੁੰਦੇ ਰਹਿੰਦੇ ਇਸ ਕਰਕੇ ਕਹਿੰਦੇ ਕੋਈ ਨਾਮ ਨੂੰ ਜਪੈ ਜਪਣ ਮਾਲੀ ਤਾਂ ਮਾਲਾ ਪਹਿਨਦੇ ਉਹ ਜਪ ਮਾਲੀ ਪਹਿਨਦੇ ਇਸ ਤਰ੍ਹਾਂ ਮਾਲਾ ਦਾ ਅਰਥ ਹੁੰਦਾ ਕਿ ਮਾਂ ਮੈਨੇ ਮਮਤਾ ਮਾਂ ਮਨ ਮਾਂ ਮਾਇਆ ਮਾਇਆ ਦੀ ਮਮਤਾ ਤਿਆਗ ਕੇ ਮਾਂ ਮਨ ਨੂੰ ਲਾ ਮੈਨੇ ਪਰਮਾਤਮਾ ਦੇ ਸਿਮਰਨ ਵਿੱਚ ਲਾਉਣਾ ਇਹ ਮਾਲਾ ਦਾ ਵਿਚਾਰ ਇਸ ਵਾਸਤੇ ਕੋਈ ਕਹਿੰਦੇ ਉਹ ਜਪ ਮਾਲੀ ਮਾਲਾ ਦੁਆਰਾ ਪਹਿਲਾਂ ਸ਼ੁਰੂਆਤ ਕਿਵੇਂ ਹੁੰਦੀ ਹੈ ਦਸਣਾ ਨਾ ਪੜ੍ਹਨਾ ਮਾਲਾ ਨਾ
ਇਹ ਹੌਲੀ ਹੌਲੀ ਜਿਹੜੇ ਅਭਿਆਸ ਦੀ ਉਪਭੋਗਤਾ ਹੁੰਦੀ ਹੈ। ਫਿਰ ਹਰ ਹਰ ਪੱਥਰ ਦੁਆਏ ਮਾਲਾ ਕਿਤਾਬ ਸਵਾਸ ਦੇ ਪੱਟੇ 'ਤੇ ਚੜ੍ਹ ਜਾਂਦਾ, ਫਿਰ ਉੱਥੇ ਸਿੱਧ ਹੋ ਜਾਂਦਾ। ਜੇ ਪਹਿਲਾਂ ਕਹੀਏ, ਪਹਿਲਾਂ ਤਾਂ ਵੀ ਸਾਧਨ ਕਰਨੇ ਪੈਂਦੇ ਆ, ਵਿਦਿਆਰਥੀ ਹੈ, ਉਡਾਊ ਈਡੀਏਟ ਏਰੀਆ ਯੱਕਾ ਸ਼ੁਰੂ ਹੁੰਦਾ। ਪਹਿਲਾਂ ਕੋਈ ਪੀ ਐਚ ਡੀ ਦੀ ਕਿਤਾਬ ਕੋਈ ਫੜਾ ਦਿੰਦੇ ਆ। ਇਸ ਤਰ੍ਹਾਂ ਪਰਮਾਰਥੀ ਰਸਤੇ ਵੀ ਸ਼ੁਰੂਆਤ ਵਿੱਚ ਇਸ ਤਰ੍ਹਾਂ ਜੋੜੇ ਝਾੜਿਆ ਕਰ, ਝਾੜੂ ਫੇਰਿਆ ਕਰ, ਪੋਚਾ ਲਾਇਆ ਕਰ, ਮੰਜੇ ਮੰਜਿਆ ਕਰ, ਅਥਾ ਸਤਸੰਗ ਸੁਣਿਆ ਕਰ, ਔਰ ਇਸੇ ਤਰ੍ਹਾਂ ਵਿੱਚ ਇੰਨੀ ਪਾਣੀ ਪੜਿਆ ਕਰ ਸਵੇਰੇ ਸ਼ਾਮ, ਇਹ ਤੋਂ ਇੰਨੀਆਂ ਮਾਲਾ ਫੇਰ ਲਾ ਹੌਲੀ ਹੌਲੀ। ਫਿਰ ਜਿਵੇਂ ਜਿਵੇਂ ਅਭਿਆਸ ਦੀ ਉਪਭੋਗਤਾ ਹੁੰਦੀ ਹੈ, ਫਿਰ ਸਟੇਜ ਵੀ ਬਦਲਦੀ ਜਾਂਦੀ ਹੈ। ਇੱਕਦਮ ਨਹੀਂ ਹੁੰਦਾ ਵੀ ਕੋਈ ਦਮ ਸਾਰਾ ਕੰਮ ਹੋ ਜਾਏ, ਅਤੇ ਅੱਜ ਕੱਲ੍ਹ ਬਹੁਤਿਆਂ ਦਾ ਤਾਂ ਨਹੀਂ ਹੁੰਦਾ, ਉਹ ਫਿਰ ਮੰਡਣ ਮੰਡਣ 'ਤੇ ਸ਼ੁਰੂ ਹੋ ਜਾਂਦੇ। ਸ਼ੁਰੂਆਤ ਵਿੱਚ ਇਸੇ ਤਰ੍ਹਾਂ ਕੋਈ ਵੀ ਪੜ੍ਹਾਈ ਹੈ ਉਹ ਚੱਲਦੀ ਹੈ। ਕੋਈ ਨਾਮ ਜਪਦਾ ਜਪ ਮਰਲੀ ਮਾਲਾ ਦੁਆਰਾ ਨਾਮ ਜਪਦਾ ਹੈ, ਲਾਗੈ ਕਿਸੈ ਧਿਆਨਾ। ਫਿਰ ਮਾਰੇ ਕਹਿੰਦੇ ਹੌਲੀ ਹੌਲੀ ਕਰਦਿਆਂ ਕਰਦਿਆਂ ਜਿਹੜੇ ਅਭਿਆਸ ਦੀ ਪਰਿਪੱਕਤਾ ਹੋ ਜਾਏ, ਫਿਰ ਉਹਦਾ ਧਿਆਨ ਜਿਹੜਾ ਲੱਗਣ ਲੱਗ ਜਾਂਦਾ, ਵਿਅਕਤੀ ਇਕਾਗਰ ਹੋਣ ਲੱਗ ਜਾਂਦੀ ਹੈ। ਆਪ ਹੀ ਪਾਪ ਹੀ ਪਿੱਛੂ ਨਾ ਜਾਂਦਾ। ਇਸੇ ਤਰ੍ਹਾਂ ਫਿਰ ਧਿਆਤਾ ਧਿਆਨ ਦੇ ਗਿਆਤਾ ਗਿਆਨ ਦੇ ਪਰਮਾਤਮਾ ਪ੍ਰਮਾਣ ਕਰਕੇ ਇਹ ਹਿਸਾਬ ਕਿਤਾਬ ਬਣ ਜਾਂਦੇ ਆ। ਇਸ ਕਰਕੇ ਕਹਿੰਦੇ ਆ ਕਿ ਜੁਦੇ ਜੁਦੇ ਹਿਸਾਬ ਮਹਾਂਪੁਰਖ ਇਹੋ ਜਿਹਾ ਵਿਦਿਆਰਥੀ ਹੈ, ਉਹਦੀ ਬੁੱਧੀ ਦੇਖ ਕੇ ਸਾਰਿਆਂ ਨੂੰ ਇੱਕੋ ਹੀ ਉਪਦੇਸ਼ ਨਹੀਂ ਹੁੰਦਾ। ਜਿਵੇਂ ਟੀਚਰ ਵਿਦਿਆਰਥੀ ਦੀ ਬੁੱਧੀ ਕਲਾਸ ਦੇਖ ਕੇ ਉਹੋ ਜਿਹਾ ਸਿਲੇਬਸ ਉਹੋ ਜਿਹਾ ਉਪਦੇਸ਼ ਹੁੰਦਾ, ਇਸ ਤਰ੍ਹਾਂ ਜਿਹੜੇ ਮਹਾਂਪੁਰਖ ਆ ਉਹਨਾਂ ਦਾ ਤਾਂ ਇਹ ਹੈ। ਅਤੇ ਜਿਹੜੇ ਆਮ ਪ੍ਰਚਾਰਕ ਲੋਕ ਹੁੰਦੇ ਆ ਉਹ ਇੱਕੋ ਹੀ ਰਸਤਾ ਦੱਬੀ ਜਾਂਦੇ ਆ, ਪਰ ਜਿਹੜੇ ਮਹਾਂਪੁਰਖ ਹੁੰਦੇ ਆ ਉਹਨਾਂ ਨੇ ਸਾਰੀ ਗੱਲ ਸੋਚ ਵਿਚਾਰ ਕੇ ਕਿਸੇ ਮਰਯਾਦਾ ਵਿੱਚ ਕਰਨੀ ਹੁੰਦੀ ਹੈ। ਬੇਮਰਯਾਦਾ ਕੋਈ ਵੀ ਕੰਮ ਹੈ ਉਹਦੇ 'ਚ ਕੋਈ ਬਹੁਤੀ ਸਫਲਤਾ ਨਹੀਂ ਮਿਲਦੀ। ਇਸ ਵਾਸਤੇ ਫਿਰ ਪੜ੍ਹ ਪਈ ਕਾਪੀ ਪਿੱਛੂ ਨਾ ਜਾਂਦਾ। ਹਾਂ, ਕਹਿੰਦੇ ਜਿੰਨਾ ਚਿਰ ਗੁਰੂ ਤੋਂ ਵਿਚਾਰ ਲੈ ਕੇ ਨਹੀਂ ਤੁਰਦਾ ਆਪ ਹੁਣ ਜਾਂ ਕੱਪ ਕਦੇ ਵੀ, ਉਹਨਾਂ ਨੇ ਗੁਰੂ ਦੀ ਸੰਗਤ ਤੋਂ ਬਿਨਾਂ ਕੁਝ ਵੀ ਨਹੀਂ ਜਾਣਿਆ, ਕਿਸੇ ਵੀ ਮਾਰਗ ਦੀ ਪ੍ਰਾਪਤੀ ਨਹੀਂ। ਬੜਾ ਲੰਮਾ ਲੰਮਾ ਸਮਾਂ ਸਾਲਾਂ ਦੇ ਵਿੱਚ ਮਹਾਂਪੁਰਖਾਂ ਕੋਲ ਮਾਰ ਖਾ ਕੇ, ਪਹਿਲੀ ਗੱਲ ਤੋਂ ਪਾਠ ਦੀ ਸ਼ੁੱਧੀ ਹੈ, ਇਹ ਅਰਥਾਂ ਵਾਸਤੇ ਫਿਰ ਸ਼ਬਦ ਦੀ ਨਾਮ ਦੀ ਕਮਾਈ ਹੈ, ਫਿਰ ਜਾ ਕੇ ਕਿਤੇ ਉਹ ਅਵਸਥਾ ਮਿਲਦੀ ਹੈ। ਇਸ ਵਾਸਤੇ ਕਈ ਤਾਂ ਬੜੇ ਕਾਹਲੇ ਹੁੰਦੇ, ਸੰਤ ਬਾਬਾ ਕਰਤਾਰ ਸਿੰਘ ਜੀ ਉਹਨੂੰ ਭੁੱਖ ਡਰਾਣਾ ਤੋਂ ਆ ਗਿਆ, ਮੈਨੂੰ ਗਿਆਨ ਦਿਓ। ਸੰਤ ਕਹਿਣ ਲੱਗੇ ਕਿੰਨਾ ਪੜ੍ਹਿਆ, ਕਿਵੇਂ PhD ਕੀਤੀ ਹੈ? ਕਹਿੰਦੇ ਕਿੰਨੇ ਸਾਲ ਲਾਏ ਉਸ, ਜੇ ਫੇਲ ਨਾ ਹੋਵੇ 16 ਸਾਲ ਟਾਈਮ ਨਹੀਂ ਤਾਂ ਲੱਗਦਾ, 4 ਸਾਲ ਪੱਕੇ ਗਾਂਹ ਲੱਗ ਜਾਂਦੇ, 5 ਵੀ ਲੱਗ ਜਾਂਦੇ। ਪੈਸੇ ਵੀ ਖਰਚੇ ਸੀ, ਸਮਾਂ ਵੀ ਦਿੱਤਾ ਸੀ, ਅਤੇ ਨੀਂਦ ਨੂੰ ਭੁੱਖ ਪੱਕ ਉਹ ਵੀ ਜਾਗਣਾ ਕੀਤਾ ਹੋਇਆ। ਕਹਿੰਦੇ ਹਾਂ, ਕਹਿੰਦੇ ਵੀ ਉਹ ਇੱਕ ਦੁਨਿਆਵੀ ਗਿਆਨ ਲਈ ਤਾਂ ਤੈਂ ਇੰਨਾ ਕੁਛ ਕੀਤਾ, ਜਿਹੜਾ ਪਰਮਾਰਥੀ ਗਿਆਨ ਹੈ ਇਹ ਸ਼ੁਭ ਮੰਤਰ ਤੈਨੂੰ ਕਿਵੇਂ ਕਰਦਾ? ਸਾਮਾਂ ਤਾਂ ਮਹਾਂਪੁਰਖ ਕਹਿੰਦੇ ਲਾਉਣਾ ਪਿਆ। ਬਸ ਅੱਜ ਕੱਲ੍ਹ ਪਰਮਾਰਥ ਵਾਸਤੇ ਤਾਂ ਲੋਕ ਇੱਕ ਖਿਡਾਉਣਾ, ਤਾਂ ਹੀ ਕਹਿੰਦੇ ਲੋਕ ਆਰਾਮ ਖਿਲਾਉਣਾ ਜਾਣਾ, ਖਿਲਾਉਣਾ ਜਾਣਿਆ ਪਿਆ। ਪਰ ਐਸਾ ਨਹੀਂ, ਸਮਾਂ ਦੇਣਾ ਪੈਂਦਾ, ਮਹਾਂਪੁਰਖਾਂ ਦੀਆਂ ਕਸਵੱਟੀਆਂ ਜਿਹੜੀਆਂ ਝੱਲਣੀਆਂ ਪੈਂਦੀਆਂ, ਫਿਰ ਜਾ ਕੇ ਕੋਈ ਵਿਚਾਰ ਮਿਲਦੇ ਆ। ਸੋ ਇਸ ਵਾਸਤੇ ਕਹਿੰਦੇ
ਉਹਨਾਂ ਨੇ ਕੁਝ ਵੀ ਨਹੀਂ ਜਾਣਿਆ ਹੈ। ਤੇਰਾ ਇੱਕੋ ਨਾਮ ਬਖਸ਼ਾਦਾ, ਉਹਨਾਂ ਨੇ ਬਾਕੀ ਜਿਹੜੀਆਂ ਅਸਤ ਵਿਅਸਤ ਗੱਲਾਂ ਤਿਆਗ ਕੇ ਇੱਕੋ ਇੱਕ ਤੇਰੇ ਨਾਮ ਦੁਆਰਾ ਪਹਿਲਾਂ ਬਾਣੀ ਦਾ ਅਰਥ ਖੋਦ ਲਿਆ, ਜਾਣਕਾਰੀ ਲਈ ਅਤੇ ਅਭਿਆਸ ਕਰਕੇ ਸਵੈਮ ਸਰੂਪ ਦੀ ਲਗਤਾ ਆਪਣੀ ਆਤਮਾ ਨੂੰ ਪਰਮਾਤਮਾ ਨੂੰ ਪਛਾਣਨਾ ਕੀਤਾ ਹੈ। ਨਾ ਜਾਣਾ ਹਜੇ ਤੇਰੀ ਕਮਲ ਗਤੇ, ਹਰਿ ਨਿਰੰਕਾਰ ਪਰਮੇਸ਼ਰ ਮੈਂ ਨਹੀਂ ਜਾਣਦਾ ਤੁਹਾਡੀ ਕਿਰਪਾ ਤੋਂ ਬਿਨਾਂ ਮੇਰੀ ਕੀ ਗਤ ਹੋਏਗੀ। ਮਹਾਰਾਜ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਗੁਰਸਿੱਖਾਂ ਨੇ ਕਿ ਮਹਾਰਾਜ ਅਸੀਂ ਨਾਮ ਜਪਦੇ ਹਾਂ, ਨਿਤਨੇਮ ਕਰਦੇ ਹਾਂ, ਮਨ ਉੱਥੇ ਗਈ ਖੜਾ ਕਿ ਅਸੀਂ ਮੁਕਤ ਹੋਵਾਂਗੇ ਕਿ ਨਹੀਂ। ਅਤੇ ਮਹਾਰਾਜ ਕਹਿਣ ਲੱਗੇ ਵੀ ਆਓ ਠੀਕਰੀ ਜੀ ਲਿਸ਼ਕਰੀ ਲਿਆਓ, ਕਹਿੰਦੇ ਕਿਸੇ ਮਾਤਾ ਨੇ ਸ਼ਕੂਰੇ 'ਚ ਘਿਓ ਪਾਇਆ ਸੀ, ਅਧਿਆਈ ਨਿਕਲੀ ਹੈ, ਮਗਰ ਕਿਸੇ ਬਾਦਸ਼ਾਹ ਨੇ ਸ਼ੇਅਰ ਕਰ ਦਿੱਤਾ, ਪਤਾ ਨਹੀਂ ਕਦੋਂ ਘਿਓ ਪਾਇਆ ਸੀ। ਦਸਵੇਂ ਦੇ ਪ੍ਰਸੰਗ 'ਚ ਵੀ ਐਸਾ ਜਿਹਾ ਗਲੇ ਪਾਇਆ। ਕਹਿੰਦੇ ਦੇਖੋ ਘਿਓ ਦਾ ਪ੍ਰਭਾਵ ਹਾਲੇ ਤੀ ਵੀ ਹੈ, ਸੂਰਜ ਦੇ ਤੇਜ ਨਾਲ ਇਹਦੇ ਮਸਾਮਾਂ 'ਚੋਂ ਅੰਧਿਆਈ ਨਿਕਲ ਰਹੀ ਹੈ। ਇਸ ਤਰ੍ਹਾਂ ਕਹਿੰਦੇ ਪਾਣੀ ਬੜੀ ਵਿਅਰਥ ਨਹੀਂ ਜਾਂਦੀ ਹੁੰਦੀ, ਕਰੋਗੇ ਇਹ ਜ਼ਰੂਰ ਮੁਕਤੀ ਦੇਵੇਗੀ, ਛੱਡਣਾ ਨਹੀਂ ਹੈ, ਕਰਦੇ ਰਹਿਣਾ। ਪੀਸ ਪੀਸ ਚਾਬਿਆ ਸੋਈ ਨਿਵਿਆ ਸਾਥ, ਲੱਗੇ ਰਹੋ ਨਾਮ ਜਪੋ, ਇਹਦੇ ਦੁਆਰਾ ਇਹ ਸਾਰਾ ਕੁਝ ਪ੍ਰਾਪਤ ਹੁੰਦਾ। ਮੈਂ ਨਹੀਂ ਜਾਣਦਾ ਮੇਰੀ ਗਲਤੀ ਕਿਵੇਂ ਹੋਏਗੀ, ਕਿਉਂਕਿ ਸਾਡਾ ਕੰਮ ਹੈ ਨਿਤਨੇਮ ਭਜਨ ਸਿਮਰਨ ਸੇਵਾ ਕਰਨੀ, ਮੁਕਤੀ ਦੇਣਾ ਪਰਮਾਤਮਾ ਦਾ ਕੰਮ। ਜਦੋਂ ਕਰਾਂਗੇ ਉਹ ਜਾਣੇ ਜਾਣਿਆ, ਜਦੋਂ ਦੇਖੇਗਾ ਯੋਗਤਾ ਉਹ ਆਪੇ ਕਿਰਪਾ ਕਰ ਦੇਗਾ, ਬਹੁਤੀ ਕਲਪਨਾ ਦੀ ਵੀ ਕੋਈ ਲੋੜ ਨਹੀਂ। ਇਸ ਕਰਕੇ ਮਹਾਰਾਜ ਮੈਂ ਨਹੀਂ ਜਾਣਦਾ, ਇਹ ਤੁਸੀਂ ਜਾਣਦੇ ਹਾਂ, ਤ੍ਰੈ ਕਾਲ ਦਰਸੀ ਹਾਂ, ਮੇਰੀ ਕਿਵੇਂ ਗਲਤੀ ਹੋਏਗੀ, ਮੇਰੀ ਕਿਵੇਂ ਕਲਿਆਣ ਹੋਵੇਗੀ। ਅਗਿਆਨ ਸਰਨ ਪ੍ਰਭ ਤੇਰੀ, ਅਸੀਂ ਮੂਰਖਿਆਂ ਅਗਿਆਨੀ ਹਾਂ, ਸਾਰੇ ਘੁੰਮ ਘੁੰਮਾ ਕੇ ਜਿਵੇਂ ਭੱਟ ਸਾਰੇ ਘੁੰਮਦੇ ਘੁੰਮਾਉਂਦੇ ਮਹਾਰਾਜ ਕੋ ਆਏ ਸੀ, ਫਿਰ ਸ਼ਾਂਤੀ ਮਿਲੀ, ਅਸੀਂ ਤੁਹਾਡੀ ਚਰਨ ਸ਼ਰਨ ਵਿੱਚ ਆ ਗਏ ਹਾਂ। ਕਰ ਕਿਰਪਾ ਰੱਖੋ ਮੇਰੀ ਲਾਜ ਪਸੇ, ਪਾਤਸ਼ਾਹ ਜੀ ਕਿਰਪਾ ਕਰੋ ਔਗਣ ਬਖਸ਼ੋ, ਸਾਨੂੰ ਸਮਤ ਦਿਓ, ਅਸੀਂ ਗੁਰਮਨ ਦੇ ਸਹੀ ਰਸਤੇ 'ਤੇ ਚੱਲ ਸਕੀਏ, ਸਾਡੀ ਲਾਜ ਇੱਜ਼ਤ ਪਾ ਆਪ ਜੀ ਕਿਰਪਾ ਕਰਕੇ ਰੱਖੋ। ਸਾਡੇ ਦੋਸਤਾਨੀਆਂ ਦਾ ਕੀ ਹਾਲ ਸੀ, ਥੋੜ੍ਹੀ ਉਹ ਪਗਾਮ ਲੋਕ ਆ ਕੇ ਬੇਪੱਤੀ ਕਰਦੇ ਸੀ, ਕਲਗੀਆਂ ਵਾਲੇ ਪਾਤਸ਼ਾਹ ਜਾਂ ਮਹਾਰਾਜ ਜੋ ਸਿੰਘ ਆ, ਬਾਬਾ ਦੀਪ ਸਿੰਘ, ਬਬੀਰ ਸਿੰਘ ਵਗੈਰਾ, ਇਸ ਤਰ੍ਹਾਂ ਲੜਕੀਆਂ ਬੇਪੱਤ ਹੋ ਰਹੀਆਂ ਸੀ, ਕਿਵੇਂ ਉਹਨਾਂ ਦੀ ਲਾਜ ਪੱਤ ਇੱਜ਼ਤ ਪੱਤ ਉਹਨਾਂ ਨੇ ਬਚਾਏ, ਕਿੰਨੇ ਕਿੰਨੇ ਦਿਨਾਂ ਦੇ ਭੁੱਖੇ ਸੀ, ਫਿਰ ਉਹ ਭੋਜਨ ਕਿਤੇ ਮਿਲਿਆ, ਗੁਰੂ ਨੇ ਆਇਆ ਵੀ ਇਸ ਤਰ੍ਹਾਂ ਫਲਾਣੀ ਲੜਕੀ ਉਹਦੇ 'ਤੇ ਜ਼ੋਰ ਜ਼ੁਲਮ, ਭੋਜਨ ਖਾਣਾ ਤਿਆਗ ਕੇ ਫਿਰ ਸਿੰਘ ਸੂਰਮੇ ਜਾ ਕੇ ਉਹਨਾਂ ਦੀ ਇੱਜ਼ਤ ਨੂੰ ਬਚਾਉਂਦੇ ਰਹੇ ਹੈ। ਇਹ ਮਹਾਰਾਜ ਨੇ ਆਪਣੀ ਪਾਲਸ ਦੇ ਵਿੱਚ ਐਸੇ ਗੁਣ ਰੱਖੇ ਸੀ ਕਿ ਸਤਿਗੁਰੂ ਜੀ ਕਿਰਪਾ ਕਰਕੇ ਆ ਸਾਰਾ ਹਿੰਦੁਸਤਾਨ ਥੋੜ੍ਹਾ ਰੰਗ ਜਿਹਾ ਬੇਪੱਤ ਕਰ ਰਿਹਾ ਸੀ। ਨੌਵੇਂ ਪਾਤਸ਼ਾਹ ਨੇ ਬਲੀਦਾਨ ਦੇ ਕੇ ਹਿੰਦ ਦੀ ਚਾਦਰ ਬਣ ਕੇ ਸਾਰਿਆਂ ਦਾ ਪਰਦਾ ਕੱਢਿਆ, ਅੱਜ ਤਾਂ ਅਸੀਂ ਭੁੱਲ ਭੁਲਾ ਗਏ ਹਾਂ, ਗੁਆਂਢੀਆਂ ਨੇ ਤਾਂ ਭੁੱਲਣਾ ਸੀ, ਭੁੱਲ ਅਸੀਂ ਵੀ ਗਏ ਹਾਂ, ਜਿਹੜੇ ਕਹਿੰਦੇ ਸਾਡੇ ਗੁਰੂ ਆ ਛੱਡੀ ਅਸੀਂ ਵੀ ਫਿਰਦੇ ਹਾਂ। ਮਹਾਰਾਜ ਨੇ ਸਾਨੂੰ ਸਭ ਸੁੱਖ ਦੇ ਸਤਾਰ ਬਣਾਇਆ ਸੀ, ਇਹ ਇੱਜ਼ਤ ਬੀਬੀਆਂ ਨੂੰ ਦੁਪੱਟਾ,
ਇਹਨਾਂ ਨੂੰ ਦਸਤਾਲ ਦਿੱਤੀ ਸੀ, ਹੁਣ ਆਪੇ ਤੋਂ ਕੋਈ ਲਾਈ ਨਹੀਂ ਫਿਰਦੇ ਹਾਂ। ਇਸ ਵਾਸਤੇ ਆਪਾਂ ਵੀ ਦੇਖ ਸੁਣ ਲਈਏ ਕੈਸਾ ਹੈ ਸਤਿਗੁਰ ਸੱਚੇ ਪਾਤਸ਼ਾਹ, ਕਿਰਪਾ ਕਰੋ ਸਾਡੀ ਲਾਜਪਤ ਇੱਜ਼ਤ ਆਪ ਜੀ ਰੱਖ ਲੈਣਾ ਕਰੋ, ਨਹੀਂ ਤਾਂ ਰੋਲੀ ਤਾਂ ਕਰਦੀ ਹੈ, ਤੁਸੀਂ ਕਿਰਪਾ ਕਰਕੇ ਰੱਖ ਲੈਣਾ ਕਰੋ। ਵਿਸਰਾਮ ਦੇ ਕੇ ਅਸਥਾਈ ਦੇਵਤੀ ਪੰਕਤੀ ਦੁਆਰਾ ਗੁਰੂ ਮਹਾਰਾਜ ਅਰਥ ਨੂੰ ਅੱਗੇ ਵਧਾਉਂਦੇ ਹੋਏ ਕਿਰਪਾ ਕਰਦੇ ਹਨ। ਅਬ ਜਿਹੜਾ ਊਪ ਚੜਤ ਹੈ, ਇਹ ਮਨ ਹੁਣ ਕਰ ਲੈਂਦਾ ਜੀਵ ਊਪ ਚੜ ਸਵਰਗਾਂ ਆਦਿਕਾਂ ਵਿੱਚ ਚਲੇ ਜਾਂਦਾ ਹੈ। ਕਦੀ ਆਪਣੇ ਨੀਚ ਕਰਮਾਂ ਨਾਲ ਪਤਾਲ ਨਰਕਾਂ ਵਿੱਚ ਜਾ ਕੇ ਡਿੱਗਦਾ ਹੈ। ਦੁਖੀ ਜਿਹੜਾ ਸਿਰ ਨਾ ਰਹਿਤ ਹੈ, ਜਿਹੜਾ ਲੋਭ ਵਿੱਚ ਲੱਗਾ ਹੋਇਆ ਉਹਦਾ ਮਨ ਸਥਿਰ ਨਹੀਂ ਹੁੰਦਾ, ਜਿਹੜਾ ਸੰਤੋਖੀ ਪੁਰਖ ਹੁੰਦਾ ਹੈ ਉਹਦੇ ਮਨ ਵਿੱਚ ਟਿਕਾ ਹੁੰਦਾ, ਕਿਉਂਕਿ ਲੋਭ ਲਹਿਰ ਨੀਚਰ ਵਾਜਿਆ ਕਾਇਆ ਡੁੱਬਿਆ ਕੇਸ ਵਾ। ਇਸ ਤਰ੍ਹਾਂ ਲੋਭੀ ਤਾਂ ਹਲਕੇ ਬੁੱਤੇ ਦੀ ਨਿਆਈ ਹੈ, ਜਿਵੇਂ ਉਹ ਭੱਜਿਆ ਫਿਰਦਾ ਇਸ ਤਰ੍ਹਾਂ ਹੀ ਹੈ। ਜਿਹੜਾ ਸੰਤੋਖੀ ਪੁਰਸ਼ ਹੈ ਉਹਦਾ ਮਨ ਟਿਕਾ ਵਿੱਚ ਹੁੰਦਾ ਹੈ। ਇਸ ਵਾਸਤੇ ਜਿਹੜਾ ਲੋਭੀ ਜੀਵ ਆ ਮਹਾਰਾਜ ਕਹਿੰਦੇ ਉਹਦਾ ਮਨ ਕਦੇ ਵੀ ਸਥਿਰ ਨਹੀਂ ਹੁੰਦਾ, ਟਿਕਦਾ ਨਹੀਂ, ਉੱਥੇ ਜਾਵਾਂਗੇ ਇੱਥੇ ਕੁਝ ਮਿਲੇਗਾ ਉੱਥੇ ਮਿਲੇਗਾ, ਲਾਲਚ ਦੇ ਬਸ ਬੜਬੜੇ ਉਪਦਰਵ ਬੜਬੜੇ ਪਾਪ ਕਰਮ ਵੀ ਕਰਦਾ ਹੈ। ਔਰੰਗਜ਼ੇਬ ਨੇ ਦੇ ਉੱਪਰ ਲਾਲਚ ਲਈ ਦਾਰਾ ਸ਼ਕੋਹ ਨੂੰ ਸ਼ੇਰ ਦੀ ਮੁੱਛ ਕੁਤਰ ਕੇ ਉਹਦਾ ਜਿਹੜਾ ਰਸੋਈਆ ਸੀ ਉਹਨੂੰ ਲਾਲਚ ਦੇ ਕੇ ਚੌਲਾਂ ਨੂੰ ਪਾ ਕੇ ਖਿਲਾ ਦਿੱਤੀ ਸੀ, ਉਹਨੂੰ ਵੀ ਕੋਈ ਹਜ਼ਮ ਨਹੀਂ ਸੀ ਹੁੰਦਾ। ਅਤੇ ਸ਼ਾਹਜਹਾਂ ਨੇ ਵੈਦ ਹਕੀਮ ਬੁਲਾਏ, ਉਹ ਕਹਿੰਦੇ ਵੀ ਇੰਨੇ ਤੋਲੇ ਦੀ ਹਰੜ, ਇੰਨੇ ਵਜਨ ਦਾ ਲੌਂਗ, ਇੰਨੇ ਵਜਨ ਦਾ ਮੋਤੀ ਹੋਵੇ ਫਿਰ ਗੱਲ ਬਣੀ। ਬਾਦਸ਼ਾਹ ਦੀ ਪਹੁੰਚ ਤਾਂ ਬੜੀ ਦੂਰ ਹੁੰਦੀ ਹੈ ਪਰ ਇਹ ਕਿਤੇ ਚੀਜ਼ਾਂ ਪ੍ਰਾਪਤ ਨਾ ਹੋ ਸਕੀਆਂ। ਅੰਤ ਅੰਤ ਸਾਹਿਬ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਜੀ ਦਾ ਦੋ ਦੁਆਖਾਨਾ ਸ਼ਫਾਖਾਨਾ ਸ਼੍ਰੀ ਕੀਰਤਪੁਰ ਸਾਹਿਬ ਸੀ ਉੱਥੋਂ ਮਿਲੇ ਹਾਂ। ਕਹਿੰਦਾ ਸਾਡੇ ਬਜ਼ੁਰਗਾਂ ਦੇ ਉਹਨਾਂ ਨਾਲ ਜੰਗ ਹੋਏ ਆ, ਕਹਿੰਦੇ ਉਹ ਤਾਂ ਨਿਰਵੈਰ ਦਾ ਘਰ ਆ, ਫਿਰ ਆਪਣਾ ਜਿਹੜੇ ਕਾਰਕੁਨ ਸੀ ਭੇਜੇ ਅਤੇ ਸਾਰੀਆਂ ਚੀਜ਼ਾਂ ਫਰੀ ਦਿੱਤੀਆਂ, ਵੈਦਾਂ ਨੇ ਫਿਰ ਉਹ ਦਵਾਈ ਦਿੱਤੀ, ਉਹਦਾ ਪੇਟ ਸਾਫ ਹੋਇਆ, ਦਾਰਾ ਸ਼ਕੋ ਜਿਹੜਾ ਸੀ ਫਿਰ ਰਾਜੀ ਹੋਇਆ। ਫਿਰ ਦੁੱਖ ਹੋਏ ਸੀ ਗੱਦੀ ਵਾਸਤੇ, ਪਿਓ ਬਿਮਾਰ ਪਿਆ ਸੀ ਉਹਦਾ ਇਲਾਜ ਤਾਂ ਕੀ ਕਰਾਉਣਾ, ਉਹਨੂੰ ਘੜੀਆਂ ਬੇੜੀਆਂ ਲਾ ਕੇ ਜਿਵੇਂ ਜੇਲ੍ਹਾਂ 'ਚ ਸੁੱਟਿਆ, ਪਾਣੀ ਵਾਸਤੇ ਪਿਆਸਾ ਉੱਠਦਾ ਮਰਿਆ। ਫਿਰ ਉਹ ਦੂਏ ਭਰਾਵਾਂ ਦਾ ਸਾਥ ਲੈ ਲਿਆ, ਤੁਸੀਂ ਮੈਨੂੰ ਸਾਥ ਦਿਓ ਮੈਂ ਤੁਹਾਨੂੰ ਤੱਕ 'ਤੇ ਵਹਾ ਕੇ ਮੈਂ ਤਾਂ ਮੱਕੇ ਚਲੇ ਜਾਣਾ, ਉੱਥੇ ਜਾ ਕੇ ਖੁਦਾ ਦੀ ਇਬਾਦਤ ਕਰਨੀ ਹੈ, ਧੋਖੇ ਵਿੱਚ ਲਿਆ ਕੇ ਫਸਲਾ ਕੇ ਫਸਾ ਕੇ ਅਤੇ ਜੇ ਦਿੱਲੀ ਦੇ ਤੱਕ 'ਤੇ ਬੈਠਾ, ਦਾਰੇ ਨੂੰ ਵੀ ਮਰਾਇਆ, ਉਹਨਾਂ ਨੂੰ ਵੀ ਸ਼ਰਾਬ ਪਿਲਾਈ ਗਿਆ, ਪਸ਼ੂ 'ਚ ਜ਼ਹਿਰ ਪਾ ਕੇ ਖਤਮ ਕੀਤਾ, ਆਪ ਬਹਿ ਗਿਆ। ਫਿਰ ਜੋ ਜੋ ਕਰਤੂਤਾਂ ਕੀਤੀਆਂ ਉਹ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ। ਇਸੇ ਤਰ੍ਹਾਂ ਹੀ ਹੈ ਕੁਰਸੀ ਵਾਸਤੇ, ਰਾਜ ਸੱਤਾ ਵਾਸਤੇ ਜਾਂ ਹੋਰ ਚੌਧਰ ਵਾਸਤੇ ਦੁਨੀਆ ਕਿਹੜੇ ਕਿਹੜੇ ਪਾਪ ਨਹੀਂ ਕਰਦੀ। ਪੁਰਾਣਾ ਇਤਿਹਾਸ ਪੜ੍ਹ ਲਓ, ਮੌਜੂਦਾ ਸਮੇਂ ਦਾ ਦੇਖ ਲਓ, ਉਹ ਇਸ ਤਰ੍ਹਾਂ ਦਾ ਹੀ ਹੈ। ਮਹਾਰਾਜ ਕਹਿੰਦੇ ਜਿਹੜਾ ਲੋਭੀ ਬੰਦਾ ਉਹਦਾ ਮਨ ਸਿਮਰਨ ਤੋਂ ਖਾਲੀ ਪੂਰਾ ਮਨ ਕਰਕੇ ਉਹ ਕਦੇ ਵੀ ਸਥਿਰ ਨਹੀਂ ਹੁੰਦਾ, ਟਿਕਦਾ ਨਹੀਂ, ਉਹਦੇ ਅੰਦਰ ਦੋ ਖਾਦ ਸ਼ੁਭ ਗੁਣ ਨੇ, ਪਾਪ ਬਿਰਤੀਆਂ ਹੁੰਦੀਆਂ ਹਨ। ਚਾਰੇ ਕੁੰਡਾ ਭਾਲੇ, ਮਾਇਆ ਪਦਾਰਥਾਂ ਲਈ ਚਾਰੇ ਕੁੰਡਾਂ ਦੇਸਾਂ ਵਿੱਚ ਭਾਲਦਾ ਫਿਰਦਾ, ਉੱਥੋਂ ਮਿਲ ਜਾਏਗਾ ਉੱਥੋਂ ਮਿਲ ਜਾਏਗਾ, ਪਰ ਮਿਲਣਾ ਉਹੀ ਹੈ ਜੋ ਮੱਥੇ 'ਤੇ ਲਿਖਿਆ ਹੋਇਆ।
जैसी कलगुड़ी है मस्तक तैसी जी अड़े पास, जिथे मर्जी भज लो एक बंदा अमरीका गया तो सुनाओ भाई। कहते मारा मत्था तो नाल ही सी, जो जो नंग मलंग गए सी वो जहाँ मुड़ के आ गए। इस वास्ते कर्म भी बड़ी चीज है, ये भी साथ उत्थे भी की जा के नशे शराबा किले है जो फिर इतों पहला जमीन जमुना बेच के गए हकों रुपए एजेंटा में देख के उठे काम उत्थे जाके भी नहीं छड़े भुखे जो जहाँ गए सी वो जो भी आ जाते हैं। माँ प्यो वास्ते भी बड़ा कलेश कंगाली खड़ी कर देंगे है। इस वास्ते महाराज कहते हैं चारे गुंडा भाल दे फिरते हैं, जो साध सिंह जिमें कुत्ते वाले रोड़ा भी सुटो वो सौंघदा पता नहीं खाने वास्ते कोई मिले गोभी की भी हालत ऐसी होंगी है। मरण जखाए मंडल में आए, जीव जदों संसार से आया ये मत्थे जिते होर कर्म लिखे मौत का कर्म भी लिखा हो। ये मौत का लेख लिखा के मंडल आया, इस वास्ते मृत मंडल जग साजिया यदि सृजना की है। जिमें रेते की कंध किन्ना चिर खड़ूगी, जिन्ना चिर गिला सुक गया चढ़ जाने। ये शरीर श्वासों का स्तंभ है, जल्द श्वास निकल जाते हैं शरीर गड़म करके डिग पाता है। इस वास्ते महाराज कहते कि चारे खंडा भाग है आया सी मौत लिखा के, उदों का वचन किया फिर आश्वास श्वास सिमरन कराँगा, पर पिछों गर्भ निकल आया नाम साख नहीं चितलाया, नाम भुलाता दुनिया ने चितला लिया ईरखा वकीले राग द्वैज अकार एक दूर न बैर ईरखा झगड़े फसाद करता देख देख के एक दूर सड़ी जाता बची जाता। ये हालत है जिन्होंने कोई लैन देन नहीं उन्होंने ईरखा करी जाए, जिन्हों कोई बट नहीं विहार नहीं कुछ नहीं उन्होंने गलां कर करके निंदा कर करके अंदरों जहर उगलेगा। इस तरह की हालत है, मरना लिखा के आया पर महाराज अगे दस रहे हैं जीवन साध है माई पापे। इस वास्ते जरा जीवन सी हाँ जी ये तो भजन बाणी ले दिता सी तेरे माई माया की सृजना वास्ते लगा गया पदार्था माया वास्ते बड़े बड़े उपद्रव बड़े बड़े पाप पतलोगार की कुछ करता बहुत कुछ कर करा रहा है। एक चले हम देखते हैं स्वामी असी महाराज कहते देखते हैं चल रहा है, एक नहीं लद्या एक लद गए, एक नहीं बने पाप एक ना हुई साखती एक ना हुई मार, पर यह नहीं समझता कि मैं भी जाना यह समझा मैं तो सदा ही रहना सोचूगा ये मर जाती तो मैं मिल जूगा। जी तू पहला तेरी मौत आ गई दूए का मरना सोचता अपना मरना नहीं सोचता अपना समझता कि मैं आए दीमा गट कि असी नहीं जाना। इस वास्ते कहते ऐसी दी हालत बनी हुई है बुलंती आई ये तृष्णा की अग ये हिरदे बलती आ रही है पेट में लैके ईरखा की अग है मानसे लोग को चारे नदियां अग पवै दजै नानक करिए चरने लग धरना लगता दीवे की लाट को पतंगा सड़ जाता मच जाता वो समझता मैं शायद प्राप्ति होएगी। इस तरह यह ईरखा दुखीलिया दी तृष्णा की अग इस दिन रात झुलस रहा सड़ रहा मच रहा यह अग जिमें दो अग्नि होंगी ना जंगल में वो घेरा कस के सारे जंगल में लपेट च लै लेंदी है। इस तरह ईरखा की अग
इस आगे ने बड़ा कुछ रावण का की हाल बनाया, फिर पांडवों का ले लो सिख राज हीरा सिंह डोगरे ध्यान सिंह योजी अग बाल की कुछ होया, फिर आप पाकिस्तान हिंदुस्तान कहते आजाद होया, थोड़ी अग बाली थोड़ी दुनिया करो मुकार कतलोगार जितना किन्ने रुलिया किन्ने लोग खाना बदोश बने थोड़ा कुछ होया। फिर उस बाद भक्तों ने बहुत कुछ देख लिया, दरबार साहब लै लो, दिल्ली लै लो, कानपुर लै लो, बेरठ लै लो, आज चिल्लड़ पिंड हरियाणा च भक्तों ने तुम्हें सारा कुछ देखा, संपात पढ़ाए भी आ। सो इस वास्ते ये आगाही ना बलती अपने अंदर यही है मेरी कुर्सी रहे, कुर्सी रखन वास्ते दूजिया के घर काट थोड़ा बोझ मिटाने वास्ते जड़े स्थान तो रोशनी मिलती है उस स्थान में भी खत्म किया जाए, बाणी तो विचार मिलता, बाणी से भी लोगों ने हाथ चुक लाए। सो इस वास्ते धर्म निशाना धाना से भी ये ऐसी अग बलती आई है, ना किसी का पीत ना किसी का भाई। जड़ा जाए हो जा व्यक्ति है जालम चंगेज खान वर्गा, अहमद शाह अब्दाली तमूर शाह खान बहादुर वर्गा, ये जड़े लोग औरंगजेब वर्गे, हाँ जी ये लोग ना किसी पितरिया ना किसी के भ्राव वाला ना कहते बाप माई मां पे वाला भी ना गुण कोई भी, सारे औगणा ना भरे हुए दुनिया के फ्रंट में हर पक्ष में लोग खेल हो के जाते हैं, ना तो प्यो वाला ही काम दिखाया ना मां वाला ही, पे का काम है रक्षा करनी, मां का काम है पालना करना, भरा का काम होंदा मित्र का उखी वेले का सहयोग सहायता, पर जा रूपी बालक ने ना तो पे बने ना मां बने ना भरा मित्र बने, इस तरह के जोड़े लोग जालमा हैं उन्होंने कोई रिश्ता नहीं, सिर्फ अपनी बहादुर कुर्सी का ही रिश्ता होंदा है, ना किसी बाप ना माई ना उन्होंने कोई पे आ ना मां शाहजहान ये सारा हिंदुस्तान जित के जड़ा वो अमराज सी उन्होंने इधर गुजरात वाल भेज दिता, इतिहास औरंगे महाराष्ट्र का इलाका दारे दिल्ली का दूआ जरा पूर्व का मतलब सारे पुतान सैट किया, पर भुख अंदर जी भी दिल्ली से बैठी है कदों पे मरे, इस वास्ते ना रंग जहा बड़ा शैतान और शरारती दिमाग से ब्राह्मण के भी कतल किए, पेड़ नहीं बख्शा, इस तरह जिसने सारा कुछ दिता दवाया इन्हों का ना कोई मां हों ना कोई पे हों, सिर्फ अंदर इन्नी हवस बधी होंगी है कि मैं ही मालिक हाँ, इस तरह की हालत इन्हों लोगों की होया करती है, प्रणवत नानक जे तू देव है। महाराज अगे गुरु नानक पातशाह मालिक अगों बेनती करो हे सच्चे पातशाह तू कृपा करके किसी को नामदान सिखी सिख भरोसा संतोख की दात दे देवे, अंते होए सखाई हाँ, ये जिन्ना कुछ अडंबर करते हैं इन्हों को नाल नहीं जाता है, रंग जेब ने बसीत लिखी है उदे ज मैं अपने कुरान शरीफ लिख के बेच के इन्हें पैसे कमाए है, टोपियां बना के बेचता सीने तो कहता मैं सारी जिंदगी चंगा काम नहीं तो हूँ मैं ये दीदा कि शायद दो एक भी मैनू नहीं चलन गए, बंदा करीता जाता पर जो हाथों निकल जाता समा फिर अब पछताए क्या हुआ जो चिड़िया चुग गया खेत, इस वास्ते फिर
ਪਾਤਸ਼ਾਹ ਤਾਂ ਆਪ ਹੀ ਪੱਲੇ ਰਹਿ ਜਾਂਦਾ, ਪਰ ਮਹਾਰਾਜ ਕਹਿੰਦੇ ਕਿ ਸੱਚੇ ਪਾਤਸ਼ਾਹ ਤੁਸੀਂ ਜੇ ਰਾਜ ਦਿੱਤਾ, ਜੇ ਰਾਜ ਬਹਾਲਿਆ ਤੇਰੀ ਹੁਕਮ, ਜੇ ਨਿੰਦਾ ਤਾਂ ਨਿਬੋੜਨ ਨੂੰ ਜਾਵੇ, ਜੇ ਰਾਜ ਦਿੱਤਾ ਤਾਂ ਤੇਰੀ ਵਡਿਆਈ ਹੈ ਸਾਡੀ ਥੋੜ੍ਹੀ। ਅਤੇ ਉਹਨਾਂ ਸਿੰਘਾਂ 'ਚ ਕਿੰਨਾ ਤਿਆਗ ਸੀ, ਜੱਸਾ ਸਿੰਘ ਰਾਮ ਫੜੀ ਆ, ਜੱਸਾ ਸਿੰਘ ਆਲੂ ਵਾਲੇ ਦਿੱਲੀ ਫਤਿਹ ਕਰ ਲਈ, ਉੱਥੇ ਦੇ ਉਹ ਤਾਕਤ ਦੀ ਸੇਲ ਖੇਡ ਕੇ ਜਿਹੜਾ ਰਾਮਗੜੀਆ ਪੰਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਲੰਗਰ ਸਾਹਿਬ ਦੇ ਨਾਲੇ ਉੱਥੇ ਉਹ ਜੜੀ ਹੋਈ ਹੈ, ਦੇਖ ਸਕਦੇ ਹਾਂ। ਆਮ ਤਾਂ ਜਾਂਦੇ ਪਤਾ ਹੀ ਨਹੀਂ ਬਹੁਤਿਆਂ ਨੂੰ, ਬਾਕੀ ਗੁਰਦੁਆਰੇ ਵੀ ਘੱਟ ਸਮਝ ਜਾਂਦੀ ਹੈ, ਭਾਈ ਸਾਲੋ ਦਾ ਗੁਰਬਾ ਕਿੱਥੇ ਹੈ, ਬਾਕੀ ਸਥਾਨ ਕਿੱਥੇ ਹੈ, ਪਰ ਜਿਹੜੇ ਇਤਿਹਾਸ ਦੀ ਕਥਾ ਸੁਣਦੇ ਪੜ੍ਹਦੇ ਆ ਉਹਨਾਂ ਨੂੰ ਸ਼ੌਕ ਹੁੰਦਾ ਕਿ ਬਾਕੀ ਸਥਾਨਾਂ ਦੀ ਵੀ ਯਾਤਰਾ ਕੀਤੀ ਜਾਏ, ਫਿਰ ਬੜਾ ਆਨੰਦ ਵੀ ਆਉਂਦਾ ਹੈ। ਸੋ ਇਸ ਵਾਸਤੇ ਉਹ ਜਿਹੜੇ ਜੱਸਾ ਸਿੰਘ ਸਮਰਥਨ ਸੀ ਰਾਮਗੜੀਆ ਦੇ, ਉਹ ਕਹਿਣ ਵੀ ਇਹਨੂੰ ਤਾਕਤ ਦੇ ਲਾਲ ਕਿਲੇ ਅੰਦਰ ਬਾਲਣ, ਅਤੇ ਆਲੂਵਾਲੀਆ ਦੇ ਵੀ ਇਹਨੂੰ, ਉਹ ਕਹਿੰਦੇ ਕਮਾਲ ਦੀ ਗੱਲ ਹੈ, ਕਾਹਦਾ ਦਿੱਲੀ ਤਾਕਤ ਜਿੱਤਿਆ, ਸਾਡੇ ਭਰਾਵਾਂ 'ਚ ਫੁੱਟ ਪੈ ਗਈ ਹੈ, ਅਤੇ ਉਹਨਾਂ ਵਿੱਚ ਕਿੰਨਾ ਸਤ ਸੰਤੋਖ, ਐਸੇ ਉਹ ਸਿਮਰਨ ਬੰਦਗੀ ਵਾਲੇ ਗੁਰਸਿੱਖ ਲੋਕ ਸੀਗੇ। ਕਹਿੰਦੇ ਛੱਡੋ ਫਿਰ ਤਾਕਤ ਨੂੰ, ਕੀ ਕਰਨਾ ਜਿਨ ਮੈਂ ਸਾਡੇ 'ਚ ਫੁੱਟ ਪਾ ਦਿੱਤੀ ਹੈ, ਕਿੰਨਾ ਪਿਆਰ ਸੀ ਉਹਨਾਂ 'ਚ। ਅੱਜ ਅਸੀਂ ਦੇਖ ਲਓ ਕੀ ਕੁਝ ਕਰਦੇ ਹਾਂ, ਇਸ ਤਰ੍ਹਾਂ ਲਾਲਣ ਸਿੱਟ ਰਹੇ ਹਾਂ, ਪਰ ਉਹਨਾਂ ਦਾ ਇਤਿਹਾਸ ਅਸੀਂ ਸੁਣਦੇ ਨਾ ਪੜ੍ਹਦੇ ਹਾਂ। ਸਾਨੂੰ ਹੋਰ ਗੱਲਾਂ ਵਾਸਤੇ ਸਮਾਂ ਹੈ, ਉਹਨਾਂ ਦਾ ਇਤਿਹਾਸ ਪੜ੍ਹਨਾ ਸੁਣਨਾ, ਨਾਮ ਬਾਣੀ ਵੱਲੋਂ ਵੀ ਟੁੱਟ ਗਏ, ਗੁਰੂ ਦੇ ਇਤਿਹਾਸ ਵੱਲੋਂ ਵੀ, ਅਤੇ ਜੇ ਸੁਣੀਏ ਪੜ੍ਹੀਏ ਤਾਂ ਫਿਰ ਪਤਾ ਲੱਗਦਾ ਕੈਸੇ ਉਹ ਗੁਰਸਿੱਖ ਪਿਆਰੇ ਤਿਆਗ ਮੁਰਾਗ ਵਾਲੇ ਲੋਕ ਸੀ, ਨਾਮ ਬਾਣੀ ਨਾਲ ਜੁੜੇ ਹੋਏ ਲੋਕ ਸੀ, ਵਿਜੇ ਹੋਏ ਲੋਕ ਸੀ, ਗੁਰਸਿੱਖੀ ਵਿੱਚ ਪਰਪੱਕ ਲੋਕ ਸੀ। ਉਹਨੇ ਕਿੰਨੇ ਸਾਲ ਬੀਤ ਗਏ, ਫਿਰ ਵੀ ਉਹਨਾਂ ਦਾ ਉਜਲ ਇਤਿਹਾਸ ਪਵਿੱਤਰ ਸਾਨੂੰ ਪਵਿੱਤਰਤਾ ਦਿੰਦਾ। ਜੇ ਉਹਨਾਂ ਦੇ ਜੀਵਨ 'ਤੇ ਚੱਲੀਏ, ਅਸੀਂ ਉਹਨਾਂ ਨੂੰ ਵਾਰ ਵਾਰ ਨਮਸਕਾਰ ਕਰਦੇ ਹਾਂ। ਧੰਨ ਗੁਰੂ ਸਾਹਿਬ ਹੈ, ਧੰਨ ਗੁਰੂ ਦੇ ਸਿੱਖ ਹੈ, ਧੰਨ ਉਹਨਾਂ ਦਾ ਤਿਆਗ, ਧੰਨ ਉਹਨਾਂ ਦੀ ਸਿੱਖੀ ਹੈ, ਐਸੇ ਗੁਰਮੁਖਾਂ ਦੀ। ਪਰ ਅਸੀਂ ਉਹਨਾਂ ਸਿੱਖਾਂ ਨੂੰ ਜਾਤਾਂ ਨਾਲ ਜੋੜ ਲਿਆ, ਅਤੇ ਜਿਹੜਾ ਰਾਮਗੜੀ ਆ ਉਹ ਪੰਤ ਖਾਣਾ ਦਾ, ਅਤੇ ਜਿਹੜਾ ਜੱਸਾ ਆਲੂ ਵਾਲੇ ਆ ਉਹ ਕਲਾਲਾਂ ਦਾ, ਅਤੇ ਸਾਡਾ ਸਿੱਖਾਂ ਦਾ ਕੋਈ ਸੰਬੰਧ ਨਹੀਂ। ਇਹ ਚੀਜ਼ਾਂ ਵੀ ਬੜਾ ਨੁਕਸਾਨ ਕਰ ਰਹੀਆਂ ਕਿ ਜਦੋਂ ਖੰਡੇਵਾ ਅੰਮ੍ਰਿਤ ਛਕ ਲਿਆ ਉਹ ਸਿੰਘ ਦਸਵੇਂ ਦੇ ਬਣ ਗਏ, ਜਿਹੜਾ ਦਸਵੇਂ ਦਾ ਬਣ ਗਿਆ ਉਹ ਸਾਰਿਆਂ ਦਾ ਬਣ ਗਿਆ, ਔਰ ਸਾਡੇ ਵਿੱਚ ਇਹ ਚੀਜ਼ਾਂ ਜਾ ਨਹੀਂ ਰਹੀਆਂ। ਇਹ ਚੀਜ਼ਾਂ ਅੱਗੇ ਨੂੰ ਜ਼ਿਆਦਾ ਬਹੁਤ ਵੱਧਦੀਆਂ ਜਾ ਰਹੀਆਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਪ੍ਰਣਵਤ ਨਾਨਕ ਜੇ ਤੂੰ ਦੇਵ ਹੈ, ਫਿਰ ਸਤਿਗੁਰੂ ਅਸੀਂ ਤੇਰੇ ਚਰਨਾਂ 'ਚ ਬੇਨਤੀ ਕਰ ਸਕਦੇ ਹਾਂ, ਸਾਡੇ ਸਮਰੱਥਾ ਤੋਂ ਕੋਈ ਹੈ ਨਹੀਂ, ਕਲਯੁਗੀ ਜੀਵ ਆ, ਪੈਰਾਂ ਤੋਂ ਗਲ ਤੱਕ ਪਾਪਾਂ ਨਾਲ ਭਰੇ ਹੋਏ ਹਾਂ, ਆਪ ਮਿਹਰ ਕਰੋ, ਪਾਪੜਿਆਂ ਪਾਸ਼ਾੜ ਬਾਣਸ ਜਾਵਾ ਸਨਕ, ਪ੍ਰਣਵਤ ਨਾਨਕ ਜੇ ਤੂੰ ਦੇਵ ਹੈ, ਤੇਰੇ ਚਰਨਾਂ 'ਚ ਬੇਨਤੀ, ਜੇ ਤੂੰ ਮਿਹਰਬਾਨ ਹੋ ਗਈ। ਇਹ ਗੁਰਸਿੱਖੀ ਜਾਂ ਉਹਨਾਂ ਪੁਰਾਣੇ ਗੁਰਸਿੱਖਾਂ ਵਾਲਾ ਜੀਵਨ ਕਿਸੇ ਨੂੰ ਬਖਸ਼ ਦੇਣਾ ਕਰੇ, ਅੰਤੇ ਹੋਏ ਸਖਾਈ, ਇਹਦਾ ਪਰਮੇਸ਼ਰ ਦਾ ਨਾਮ ਆ, ਅੰਤ ਸਮੇਂ ਇਸ ਨੇ ਸਹਾਇਤਾ ਕਰਨੀ ਹੈ। ਨੌਵੇਂ ਨੇ ਦਿੱਲੀ ਦੀ ਜੇਲ੍ਹ 'ਚ ਬਹਿ ਕੇ ਰੰਗ ਜੇ ਫੁੱਕਿਆ ਸੀ ਨਾ, ਬੀਤ ਜਾਇਆ ਹੈ, ਬੀਤ ਜਾਇਆ ਹੈ, ਜਨਮ ਅਕਾਜ ਨੇ ਮਾਇਆ ਕੋ ਸੰਗ ਤਿਆਗ, ਕਬੂ ਕੀ ਸਰਨ ਲਾ, ਜਗ ਸੁਖ ਮਾਨ ਮਿਥਿਆ, ਭੁੱਖੋ ਸਭ ਸਾਜ। ਇਹ ਤਾਂ ਚਾਰ ਦਿਨ ਦਾ ਠਾਠਾ ਵਗ ਹੈ, ਅੱਜ ਉਹਦੀ ਵੀ ਔਰੰਗਾਬਾਦ ਕਬਰ ਬਣੀ ਹੈ, ਉੱਤੇ ਲੱਤਾਂ ਚੱਕ ਕੇ ਮੁੱਕਣ ਡਿਆ ਹੈ, ਕੋਈ ਦੋ ਪੈਸੇ ਦਾ ਤੇਲ ਦਾ ਦੀਵਾ ਜਗਾਉਣ ਦੀ ਗੱਲ ਨਹੀਂ।
ਜਿੱਥੇ ਨਵੇਂ ਪਾਤਸ਼ਾਹ ਸ਼ਹੀਦ ਹੋਏ ਆ ਸ਼ੀਸ਼ਗੰਜ ਸਾਹਿਬ, ਉੱਥੇ ਦੇ ਲੋਕ ਜਾ ਕੇ ਜਦੋਂ ਮਰਜ਼ੀ ਦੇਖ ਲਿਓ ਸਰਦਾ ਦੇ ਉੱਤੇ ਮੱਥੇ ਟਿਕੇ ਹੀ ਰਹਿੰਦੇ ਆ, ਕਦੀ ਵਿਹਲ ਹੁੰਦਾ ਜੀ, ਜੋਤਾਂ ਜਗਦੀਆਂ ਹੁੰਦੇ ਆ, ਪਾਠਾਂ ਲੜੀਆਂ, ਨਾਮ ਬਾਣੀ ਕੀਰਤਨ ਲੰਗਰ ਪ੍ਰਵਾਹ ਕਰਦੇ ਆ, ਰਕਾਬਗੰਜ ਜਿੱਥੇ ਉਹਨਾਂ ਦੇ ਪਾਵਨ ਸਰੀਰ ਦਾ ਸੰਸਕਾਰ ਹੋਇਆ, ਸ਼੍ਰੀ ਅਨੰਦਪੁਰ ਜਿੱਥੇ ਸੀਸ ਸਾਹਿਬ ਦਾ ਦੋ ਸੀਸ ਗਾਂਜਾ ਨੇ, ਸ਼੍ਰੀ ਅਨੰਦਪੁਰ ਇੱਕ ਜਿੱਥੇ ਸੀਸ ਭੇਟ ਹੋਇਆ ਦਿੱਲੀ, ਅਤੇ ਅਨੰਦਪੁਰ ਜਿੱਥੇ ਸੀਸ ਦਾ ਸੰਸਕਾਰ ਹੋਇਆ, ਦੋ ਸੀਸ ਗਾਂਜਾ ਮਹਾਰਾਜ। ਇਸ ਕਰਕੇ ਗੁਰਮੁਖ ਪਿਆਰਿਓ, ਉਹਨਾਂ ਦੇ ਦਿਲ ਦੋ ਦਿਨ ਰਾਹ ਸੰਗਤਾਂ ਦੇ ਤਨ 'ਤੇ ਵਜੇ, ਇੰਨੀ ਸੰਗਤ ਆਉਂਦੀ ਹੈ, ਗੱਡੀਆਂ ਪਾਰਕ ਕਰਨ ਥਾਂ ਨਹੀਂ ਮਿਲਦੀ, ਕੱਲ੍ਹ ਗੋਇੰਦਵਾਲ ਗਏ ਇੰਨੀ ਸੰਗਤ, ਕੋਈ ਹਿਸਾਬ ਕਿਤਾਬੇ, ਇੱਥੇ ਲੈ ਲਓ ਦਿਨ ਰਾਤ ਮਹਾਰਾਜ ਦੇ ਅਵਤਾਰ ਤੋਂ ਵੀ ਮਨਾ ਹੁੰਦੇ ਆ, ਮੇਰੀ ਤੇਰੀ ਪਹਿਲੇ ਪ੍ਰਕਾਸ਼ ਜੋਤੀ ਜੋ ਸ਼ਹੀਦਾਂ ਦੇ ਜੋੜ ਮੇਲੇ, ਸ਼ਹੀਦ ਸਿੰਘਾਂ ਦੇ, ਇਹ ਮਹਾਰਾਜ ਦੀ ਬਰਕਤ, ਇਸ ਕਰਕੇ ਹੈ। ਅੱਜ ਵੀ ਇਤਿਹਾਸ ਪੜ੍ਹੀਏ ਸੁਣੀਏ ਵਿਚਾਰੀਏ, ਸਾਨੂੰ ਸੇਧ ਮਿਲਦੀ ਹੈ, ਜਿਹੜਾ ਸਾਡੇ ਵਿੱਚ ਬੜਾ ਉਤਰਾਅ ਚੜਾਅ, ਬੜੀ ਫਰੈਕਸ਼ਨ, ਈਰਖਾ ਨਾਲ ਆ ਗਈ ਹੈ, ਜੇ ਤੈਨੂੰ ਤਿਆਗੀ ਹੈ ਫਿਰ ਤਾਂ ਭਾਈ ਮਹਾਰਾਜ ਦੀ ਸਹਾਇਤਾ ਮਿਲੇਗੀ, ਜੇ ਆਪੋ ਆਪਣੇ ਰਸੇ ਭਜਾਓਗੇ, ਅੱਗੇ ਖੁਆਰ ਹੋਏ ਹੋਰ ਖੁਆਰੀ ਦੇ ਲਓ, ਅਤੇ ਜੇ ਇਹਦੇ 'ਚ ਆਨੰਦ ਹੈ ਉਹ ਵੀ ਦੇ ਲਓ ਕਰਕੇ, ਪਰ ਆਨੰਦ ਤਾਂ ਇਸੇ ਵਿੱਚ ਹੀ ਹੈ ਜੋ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ, ਪ੍ਰਾਣਵਤ ਨਾਨਕ ਜੇ ਤੂੰ ਦੇਵੇ, ਉਹਦੇ ਚਰਨਾਂ 'ਚ ਹੰਕਾਰ ਛੱਡ ਕੇ ਬੇਨਤੀ ਕਰੀਏ, ਜੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਨਾਮ ਬਾਣੀ ਗੁਰਮੁਖ ਗੁਰਸਿੱਖੀ ਅਤੇ ਸ਼ੁਭ ਗੁਣਾਂ ਦੀ ਆਤਮਾ ਗਿਆਨ ਦੀ ਦਾਤ ਤੁਸੀਂ ਬਖਸ਼ ਦੇਣਾ ਕਰੋ, ਆਤੇ ਹੋਏ ਸਖਾਈ ਇਹ ਚੀਜ਼ਾਂਤ ਨੂੰ ਸਹਾਇਤਾ ਕਰਨ ਵਾਲੀਆਂ। ਅਤੇ ਨਹੀਂ ਤਾਂ ਕਈ ਵਾਰੀ ਦ੍ਰਿਸ਼ਟਾਂਤ ਸੁਣਾਇਆ ਵੀ ਹੈ ਕਿ ਮੁਹੰਮਦ ਗਜਨਵੀ ਜਿਹਨੇ 17 ਵਾਰੀ ਹਿੰਦੁਸਤਾਨ ਲੁੱਟਿਆ, ਇੰਨਾ ਇਕੱਠਾ ਕੀਤਾ ਵਾੜ ਖਾਨਾ, ਮਰਨ ਵੇਲੇ ਬੂਠਾਂ 'ਤੇ ਚਾਬੀਆਂ ਲੱਗ ਹੁੰਦੀਆਂ ਸੀ ਸਟੋਰਾਂ ਨੂੰ, ਕਹਿੰਦਾ ਖੋਲ ਦਿਓ, ਅੱਖਾਂ 'ਚੋਂ ਪਾਣੀ ਵਗੀ ਜਾਂਦਾ, ਉਹਦੇ ਜਰਨੈਲ ਮਹਾਰਾਜ ਵੀ ਤੁਹਾਡੇ ਬਹਾਦਰ ਪਰਵਾਹ ਹੀ ਨਹੀਂ ਸੀ ਕਰਦੇ, ਤੁਹਾਡੇ ਮੂਹਰੇ ਅੜਿਆ ਹੀ ਨਹੀਂ ਕੋਈ, ਖੜਿਆ ਨਹੀਂ, ਕਹਿੰਦੇ ਸਾਰੀ ਉਮਰ ਰੋਡ ਕੰਕਰ ਇਕੱਠੇ ਕਰਦਾ ਰਿਹਾ, ਖੁਦਾ ਦੀ ਬੰਦਗੀ ਨਹੀਂ ਕੀਤੀ, ਪਰਮਾਤਮਾ ਨੂੰ ਚੇਤੇ ਨਹੀਂ ਕੀਤਾ। ਇਸ ਵਾਸਤੇ ਫਿਰ ਸਾਧ ਸੰਗਤ ਜੀ ਉਹਨਾਂ ਨੂੰ ਸੰਸਾਰ ਤੋਂ ਰੋਂਦਾ ਆਇਆ ਰੋਂਦਾ ਰਿਹਾ, ਰੋਂਦਾ ਹੀ ਚਲੇ ਜਾਂਦਾ ਹੈ, ਜਿਹੜੇ ਨਾਮ ਬਣ ਜਪਦੇ ਨਿੱਤ ਦਿਵਾਲੀ ਸਾਧਗੀ ਅੱਠੇ ਪੈਰ ਹੋ ਸਨ, ਕੋਈ ਮਰੇ ਕੋਈ ਜੀਵੇ ਦੂਸਰਾ ਕੋਲ ਪਤਾ ਸੇ ਜੀਵੇ, ਉਹ ਆਨੰਦ ਲੈ ਜਾਂਦੇ ਆ, ਬਾਕੀ ਦੁਨੀਆ ਗੁਹਾ ਹੀ ਹੈ, ਸੜੀ ਜਾਂਦੇ ਬਚੀ ਜਾਂਦੇ ਈਰਖਾ, ਪਰ ਜਿਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ ਉਹ ਆਨੰਦ ਲੈ ਜਾਂਦੇ, ਚਲੇ ਸਭ ਨੇ ਜਾਣਾ, ਪਰ ਜਿਹਨੇ ਪਰਮਾਤਮਾ ਦਾ ਨਾਮ ਜਪਿਆ ਬੰਦਗੀ ਕੀਤੀ ਉਹ ਲਾਹਾ ਲੈ ਜਾਂਦੇ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ ਉਹ। ਇਹ ਅੱਜ ਦੀ ਬਾਣੀ ਦਾ ਪ੍ਰਮਾਰਿਸ, ਜਿਹਨਾਂ ਦਾ ਇੱਕ ਪਵਿੱਤਰ ਸਥਾਨ ਹੈ ਉਹਨਾਂ ਦੀ ਰਚਨਾ ਦਾ ਜੀ ਪਾਵਨ ਉਪਦੇਸ਼ ਆਪ ਜੀ ਨੇ ਇਤਿਹਾਸਿਕ ਪ੍ਰਸੰਗਾਂ ਦੁਆਰਾ ਪੰਥ ਦੀ ਚੜ੍ਹਦੀ ਕਲਾ ਮੁੱਖ ਰੱਖ ਕੇ ਸੁਣਿਆ ਸੁਣਾਇਆ, ਇਹਨਾਂ ਬਚਨਾਂ ਨੂੰ ਗ੍ਰਹਿਣ ਕਰੋਗੇ ਤਾਂ ਬੜਾ ਭਾਰੀ ਲਾਭ ਹੋਵੇਗਾ। ਆਈ ਸੰਤ ਨੂੰ ਜੀ ਆਇਆਂ ਸਾਰਿਆਂ ਦਾ ਜੀ ਧੰਨਵਾਦ, ਗੁਰੂ ਮਹਾਰਾਜ ਕਿਰਪਾ ਕਰਨ ਸਭ ਦੀ ਹਾਜ਼ਰੀ ਪ੍ਰਵਾਨ ਕਰਨ, ਪ੍ਰਬੰਧਕਾਂ ਦਾ ਸੰਗਤਾਂ ਦਾ ਸਾਰੇ ਸੇਵਾਦਾਰਾਂ ਦਾ ਧੰਨਵਾਦ, ਮਹਾਰਾਜ ਮਿਹਰ ਕਰਨ ਨਾਮਦਾਨ ਸਿੱਖੀ ਦਾ ਤੰਦਰੁਸਤੀ ਬਖਸ਼ਿਸ਼ ਕਰਨ, ਪੰਥ ਵਿੱਚ ਏਕਤਾ ਸਤਿਕਾਰ
ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।